ਕਿ ਸ਼ੇਰਾਂ ਦੀ ਕੌਮ ਨੂੰ ਕੱਟਿਆਂ ਵਛਿਆਂ ਦੇ ਵਪਾਰੀ ਹੁਕਮਨਾਮੇ ਜਾਰੀ ਕਰਦੇ ਰਹੇ। ਤੁਸੀਂ ਬਹਿਬਲ ਕਲਾ ਕਾਂਡ ਵਿੱਚ ਮੁੱਖ ਦੋਸ਼ੀ ਕਿਹਨਾਂ ਨੂੰ ਮੰਨਦੇ ਹੋ? ਸਾਡਾ ਉਹਦੇ ਲਈ ਸਿੱਧੇ ਬਾਦਲ ਕੇ ਦੋਸ਼ੀ ਆ, ਉਹਨਾਂ ਦੇ ਪੁਲਿਸ ਅਫਸਰ ਦੋਸ਼ੀ ਆ ਉਸ ਸਮੇਂ ਦੇ। ਜਿਹੜਾ ਗੁਨਾਹ ਕੀਤਾ ਉਹ ਤਾਂ ਬਾਦਲ ਬੀਜੇਪੀ ਸਰਕਾਰ ਨੇ, ਅਤੇ ਇਨਸਾਫ ਨਾ ਦੇਣ ਦਾ ਹੁਣ ਗੁਨਾਹ ਜਿਹੜਾ ਉਹ ਕਾਂਗਰਸ ਸਰਕਾਰ ਕੈਪਟਨ ਸਰਕਾਰ ਕਰ ਰਹੀ ਹੈ ਕਿ ਕੈਪਟਨ ਸਾਹਿਬ ਕਬਰ ਪੁੱਟੀ ਪਈ ਆ, ਜਾਂ ਤਾਂ ਦੋਸ਼ੀ ਬਾਦਲਾਂ ਨੂੰ ਪਾ ਦਿਓ ਅਤੇ ਜਾਂ ਆਪ ਪੈ ਜਾਓ। ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਮੰਡ ਅਤੇ ਦਾਦੂਵਾਲ ਦੀ ਦੁਕਾਨ ਬਰਗਾੜੀ ਮੋਰਚੇ ਲਈ ਬੰਦ ਹੋਣ ਵਾਲੀ ਹੈ। ਲੋਕ ਉੱਥੇ ਪਹਿਲਾਂ ਖੀਰ ਅਤੇ ਜਲੇਬੀਆਂ ਖਾਣ ਹੀ ਜਾਂਦੇ ਸਨ। ਇਹ ਬੰਦ ਇਸ ਲਈ ਨਕਾਰ ਰਹੇ ਕਿਉਂਕਿ ਹਰ ਰੋਜ਼ ਰੋਜ਼ਾਨਾ ਇਹਨਾਂ ਨੂੰ 10 ਲੱਖ ਰੁਪਏ ਬਾਹਰੋਂ ਆਉਂਦਾ ਹੈ। ਦੇਖੋ ਸੁਖਬੀਰ ਕੁਝ ਵੀ ਕਹਿ ਸਕਦਾ, ਮੈਂ ਇੱਕ ਗੱਲ ਕਹਿੰਦਾ, ਜਦੋਂ ਦਾ ਅਸੀਂ ਮੋਰਚਾ ਲਾਇਆ ਨਾ, ਮੈਂ ਅੱਜ ਤੱਕ ਪਿਛਲੇ 4 ਮਹੀਨਿਆਂ ਤੋਂ, 4 ਮਹੀਨੇ ਪੂਰੇ ਹੋਣ ਵਾਲੇ ਆ, 10 ਰੁਪਏ ਕਦੇ ਤੇਲ ਵਾਸਤੇ ਨਹੀਂ ਲੈ ਕੇ ਗਿਆ। ਬਾਦਲ ਸਾਹਿਬ ਉਹ ਕਾਰ ਸੇਵਾਵਾਂ ਸਾਹਿਬ 1.5 ਕਰੋੜ ਦੀ ਗੱਡੀ ਲੈ ਕੇ ਦਾਦੂਵਾਲ ਸਾਹਿਬ ਘੁੰਮ ਰਹੇ ਆ। ਜਿੰਨੀਆਂ ਤੁਸੀਂ ਇਲਜ਼ਾਮਬਾਜ਼ੀ ਕਰਦੇ ਇੱਕ ਵੀ ਸਿੱਧ ਕਰ ਦਿਓ। ਮੈਂ ਬਰਗਾੜੀ ਦੀ ਦਾਣਾ ਮੰਡੀ 'ਚ ਬੈਠਾ, ਮੈਨੂੰ ਤੇਲ ਪਾ ਕੇ ਸਾੜ ਦੇ ਪੰਥ ਮੇਰਾ, ਅਤੇ ਜੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ, ਸਿੱਧ ਨਹੀਂ ਕਰ ਪਾਉਂਦੇ, ਤਾਂ ਪੰਥ ਅਤੇ ਪੰਜਾਬ ਦੇ ਲੋਕ ਇਹਨਾਂ ਨੂੰ ਵਿਧਾਨ ਸਭਾ ਦੇ ਬਾਹਰ ਤੇਲ ਪਾ ਕੇ ਸਾੜ ਦੇਣ, ਜੋ ਇਹ ਝੂਠ ਬੋਲ ਰਹੇ ਆ। ਅਕਾਲੀ ਦਲ ਕਹਿ ਰਿਹਾ ਕਿ ਦਾਦੂਵਾਲ ਕਾਂਗਰਸ ਦੇ ਨਾਲ ਰਲ ਕੇ SGPC ਦੀਆਂ ਚੋਣਾਂ ਲੜਨ ਦੀ ਤਿਆਰੀ ਵਿੱਚ ਲੱਗੇ ਹੋਏ ਆ। ਕਿ ਦੱਸੋ, ਬਾਦਲਾਂ ਨੇ ਠੇਕਾ ਲਿਆ ਸ਼੍ਰੋਮਣੀ ਕਮੇਟੀ ਦਾ, ਤਖਤਾਂ ਦੇ ਪ੍ਰਬੰਧ ਦਾ, ਕਿ ਇਹਨਾਂ ਦੇ ਪਿਓ ਦਾਦੇ ਦੀ ਜਗੀਰ ਆ? ਕੋਈ ਵੀ ਸਿੱਖ ਗੁਰੂ ਕਾ ਇਲੈਕਸ਼ਨ ਲੜ ਸਕਦਾ? ਸ਼੍ਰੋਮਣੀ ਕਮੇਟੀ ਸਾਡੀ ਧਾਰਮਿਕ ਸੰਸਥਾ ਵਾ। ਜਿਹੜੇ ਪਹਿਲਾਂ ਮੋਰਚੇ ਲੱਗੇ ਰਣਜੀਤ ਸਿੰਘ ਢੰਡਰੀਵਾਲੇ ਜੀ, ਪੰਥਵੀਰ ਸਿੰਘ ਜੀ, ਤੁਸੀਂ ਉਹਨਾਂ ਦੇ ਨਾਲ ਕਾਫੀ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਵੀ ਤੁਸੀਂ ਦਿੱਤਾ, ਪਰ ਕੀ ਕਾਰਨ ਹੈ ਹੁਣ ਉਹ ਤੁਹਾਡੇ ਨਾਲ ਨਹੀਂ ਇਸ ਵਕਤ? ਸਾਡੇ ਵੱਲੋਂ ਹਾਰਦਿਕ ਸੱਦਾ ਵਾ। ਅਸੀਂ ਉਹਨਾਂ ਨੂੰ 1 ਜੂਨ ਨੂੰ ਵੀ ਜਦੋਂ ਇਹ ਰੱਖਿਆ ਸੀਗਾ, ਉਸ ਵੇਲੇ ਵੀ ਭਾਈ ਧਿਆਨ ਸਿੰਘ ਮੰਡ ਨੇ ਮੈਨੂੰ ਦੱਸਿਆ ਵੀ ਉਹਨਾਂ ਨੂੰ ਫੋਨ ਕੀਤੇ ਸੀ, ਭਾਈ ਪੰਥਪ੍ਰੀਤ ਸਿੰਘ ਦੇ ਮੁੰਡੇ ਨੇ ਗੱਲ ਨਹੀਂ ਕਰਾਈ, ਉਹਨਾਂ ਦੇ ਬੇਟੇ ਨੇ ਫੋਨ ਚੱਕਿਆ ਆਪ ਗੱਲ ਕੀਤੀ, ਅਤੇ ਭਾਈ ਰਣਜੀਤ ਸਿੰਘ ਦੇ ਵੀ ਭਾਈ ਸਤਨਾਮ ਸਿੰਘ ਨੇ ਗੱਲ ਕੀਤੀ ਸੀਗੀ ਜੀ, ਅਤੇ ਉਹਨਾਂ ਨੇ ਵੀ ਕਿਹਾ ਵੀ ਉਹਨਾਂ ਨੇ ਸੁਨੇਹਾ ਤੁਹਾਡਾ ਪਹੁੰਚਾ ਦਿੱਤਾ, ਪਰ ਉਹ ਨਹੀਂ ਆਏ। ਕਿ ਸ਼ੇਰਾਂ ਦੀ ਕੌਮ ਨੂੰ ਕੱਟਿਆਂ ਵਛਿਆਂ ਦੇ ਵਪਾਰੀ ਹੁਕਮਨਾਮੇ ਜਾਰੀ ਕਰਦੇ ਰਹੇ। ਸਾਂਝ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਮੈਂ ਹਾਂ ਹਰਦੀਪ ਸਿੰਘ ਤੱਗੜ। ਪੂਰੇ ਪੰਜਾਬ ਭਰ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਸਿੱਖ ਕੌਮ ਵਿੱਚ ਬਹੁਤ ਵੱਡੀ ਨਾਰਾਜ਼ਗੀ ਪਾਈ ਗਈ, ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਸੱਤਾ ਵਿੱਚ ਨਹੀਂ ਆਈ। ਅੱਜ ਵੀ ਬਰਗਾੜੀ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਜਹੇਦਾਰ ਧਿਆਨ ਸਿੰਘ ਮੰਡ ਜੀ ਅਤੇ ਜਹੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਵੱਲੋਂ ਉਹਨਾਂ ਦੀ ਪ੍ਰਧਾਨਗੀ ਹੇਠ ਬਰਗਾੜੀ ਮੋਰਚਾ ਲਾਇਆ ਹੋਇਆ, ਜੋ ਕਿ ਅੱਜ 117ਵਾਂ ਦਿਨ ਹੋ ਚੁੱਕਾ ਹੈ। ਉਸ ਸੰਬੰਧ ਵਿੱਚ ਅੱਜ ਅਸੀਂ ਜਹੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਗੱਲਬਾਤ ਕਰਾਂਗੇ, ਜੋ ਕਿ ਸਿੱਖ ਸੰਗਤਾਂ ਅਤੇ ਹੋਰ ਪੰਜਾਬ ਦੇ ਵਾਸੀ ਕੁਝ ਸਵਾਲ ਉਹਨਾਂ ਤੋਂ ਪੁੱਛਣਾ ਚਾਹੁੰਦੇ ਹਨ। ਜੀ ਦਾਦੂਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਜੀ ਤੁਹਾਡਾ ਵੀ। ਦਾਦੂਵਾਲ ਸਾਹਿਬ, ਜਿਹੜਾ ਬਰਗਾੜੀ ਮੋਰਚਾ ਲੱਗਾ ਹੋਇਆ ਹੈ, ਸਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦਾ ਇਹਨਾਂ ਵੱਲ ਧਿਆਨ ਹੈ, ਕੀ ਇਸ ਵਿੱਚ ਇਨਸਾਫ ਮਿਲੇਗਾ? ਦੇਖੋ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ 1 ਜੂਨ ਤੋਂ ਹੀ ਇਸ ਮੋਰਚੇ ਨਾਲ ਜੁੜੀਆਂ ਹੋਈਆਂ ਨੇ, ਜਦੋਂ ਤੋਂ ਮੋਰਚਾ ਆਰੰਭ ਕੀਤਾ ਜੀ। ਇਹ ਬੇਅਦਬੀ ਦਾ ਜਿਹੜਾ ਕਾਂਡ ਚੱਲਿਆ ਬਰਗਾੜੀ ਤੋਂ ਸ਼ੁਰੂ ਹੋਇਆ, ਬੁਰਜਵਾਹਰ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਪੰਥ ਦੋਖੀਆਂ ਨੇ, 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੀ। ਪਹਿਲੀ ਸਰਕਾਰ ਵੇਲੇ ਇਨਸਾਫ ਮੰਗਿਆ ਅਤੇ ਉਹਨਾਂ ਨੇ ਗੋਲੀਆਂ ਅਤੇ ਡਾਂਗਾਂ ਅਤੇ ਗੰਦੇ ਪਾਣੀ ਦੀਆਂ ਵਿਛਾੜਾਂ ਬੇਕਸੂਰਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਤਾ, ਜਿਨ੍ਹਾਂ ਨੂੰ ਪੰਥ ਨੇ ਬਾਅਦ ਵਿੱਚ ਛਡਾਇਆ ਜੀ। ਅਤੇ ਬਾਅਦ 'ਚ ਸਾਨੂੰ ਉਸੇ ਦੌਰ 'ਚ ਸਰਬੱਤ ਖਾਲਸਾ ਹੋਇਆ, ਪੁਰਅਮਨ ਤਰੀਕੇ ਨਾਲ ਲੱਖਾਂ ਸੰਗਤਾਂ ਇਕੱਠੀਆਂ ਹੋਈਆਂ, ਆਪਣੇ ਪੰਥ ਨੇ ਫੈਸਲੇ ਲਏ ਅਤੇ ਅਗਲੇ ਦਿਨ ਤੋਂ ਸਾਨੂੰ ਫੜ ਕੇ ਜੇਲ੍ਹਾਂ 'ਚ ਡੱਕ ਦਿੱਤਾ ਜੀ। ਇਨਸਾਫ ਦਾ ਕਤਲ ਕੀਤਾ, ਲੋਕਤੰਤਰ ਦਾ ਕਤਲ ਕੀਤਾ, ਕਾਨੂੰਨ ਦਾ ਕਤਲ ਕੀਤਾ ਬਾਦਲ BJP ਸਰਕਾਰ ਨੇ ਜੀ। ਬਾਦਲਾਂ ਨੇ ਜੋ ਪੰਜਾਬ ਦੇ ਅੰਦਰ ਗੁੰਡਾਗਰਦੀ ਕੀਤੀ ਉਹ ਤੁਹਾਡੇ ਸਾਹਮਣੇ। ਉਸ ਤੋਂ ਬਾਅਦ ਜਦੋਂ ਕੈਪਟਨ ਸਰਕਾਰ ਆਈ ਤਾਂ ਉਹਨਾਂ ਨੇ ਬਰਗਾੜੀ ਆ ਕੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇ ਸਾਨੂੰ ਪਰਮਾਤਮਾ ਨੇ ਸਮਾਂ ਦਿੱਤਾ ਤਾਂ ਅਸੀਂ ਇਨਸਾਫ ਕਰਾਂਗੇ ਜੀ। ਅਸੀਂ ਉਹਨਾਂ ਨੂੰ ਚੇਤਾ ਕਰਾਇਆ, ਉਹਨਾਂ ਦੇ ਮੰਤਰੀਆਂ ਨੂੰ, ਮੁੱਖ ਮੰਤਰੀ ਨੂੰ, ਸਾਰਿਆਂ ਨੂੰ, ਜਿਹੜੇ ਸਾਡੇ ਅਸੀਂ ਸੰਕੇਤ ਮਾਚਿੱਤਰ ਮੁਜ਼ਾਹਰਾ ਵੀ ਕੀਤਾ ਪਿਛਲੇ ਸਾਲ 14 ਅਕਤੂਬਰ ਨੂੰ ਕੋਟਕਪੂਰਾ ਚੌਂਕ 'ਚ ਕਾਲੀਆਂ ਝੰਡੀਆਂ ਬੋਰਡ ਬੈਨਰ ਲੈ ਕੇ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। 1.5 ਸਾਲ ਹੋ ਗਏ, ਕਮਿਸ਼ਨ ਬਣਾਇਆ ਸੀ, ਕਮਿਸ਼ਨ ਜੂੰ ਦੀ ਚਾਲੇ ਚੱਲ ਰਿਹਾ ਸੀ, ਉਹ ਸਮਾਂ ਵਧਾਈ ਕੇ 6 ਮਹੀਨਿਆਂ ਲਈ ਬਣਿਆ ਸੀ, ਸਮਾਂ ਵਧਾ ਦਿੱਤਾ ਜੀ।
ਫਿਰ ਸਾਨੂੰ ਜਿਹੜਾ ਸੀ ਅਸੀਂ ਗੁਰੂ ਪੰਥ ਦੀਆਂ ਭਾਵਨਾਵਾਂ, ਇਨਸਾਫ ਪਸੰਦ ਲੋਕਾਂ ਦੀਆਂ ਭਾਵਨਾਵਾਂ, ਜਿਹੜੇ ਵੀ ਪੰਜਾਬ 'ਚ ਵੱਸਦੇ, ਦੁਨੀਆ ਭਰ 'ਚ ਵੱਸਦੇ, ਉਹਨਾਂ ਸਾਰਿਆਂ ਦੇ ਮਨ ਸੀ ਕਿ ਬੇਅਦਬੀ ਦਾ ਕਾਂਡ ਇਸੇ ਤਰ੍ਹਾਂ ਉਲਝ ਕੇ ਰਹਿ ਜੂਗਾ, ਇਹਦਾ ਇਨਸਾਫ ਨਹੀਂ ਹੋਊਗਾ ਜੀ, ਕਿ ਸਾਰੇ ਸਿੱਖ ਹੀ ਸ਼ਾਂਤ ਹੋ ਗਏ ਜਿਹੜੇ ਉਸ ਵੇਲੇ ਪ੍ਰਚਾਰਕ ਅੱਗੇ ਲੱਗੇ ਸੀਗੇ, ਜਿਨ੍ਹਾਂ ਨੇ ਬਰਗਾੜੀ ਕਾਂਡ ਦਾ ਜਿਹੜਾ ਸੀ ਇਨਸਾਫ ਲੈਣ ਲਈ ਕੋਟਕਪੂਰੇ ਮੋਰਚਾ ਲਾਇਆ, ਧਰਨਾ ਲਾਇਆ ਸੀ, ਉਹ ਵੀ ਸ਼ਾਂਤ ਹੋ ਕੇ ਬਹਿ ਗਏ, ਚੁੱਪ ਇਸ ਮਸਲੇ 'ਤੇ ਉਹਨਾਂ ਨੇ ਚੁੱਪ ਵੱਟ ਲਈ। ਤਾਂ ਸੰਗਤਾਂ ਦੇ ਮਨ 'ਚ ਬੜਾ ਤੌਖਲਾ ਸੀ, ਪਰ ਜਦੋਂ ਅਸੀਂ ਇੱਥੇ ਮੋਰਚਾ 1 ਜੂਨ ਨੂੰ ਆਰੰਭ ਕਰ ਦਿੱਤਾ ਤਾਂ ਫਿਰ ਸੰਗਤਾਂ 'ਚ ਇੱਕਦਮ ਖੇੜਾ ਅਤੇ ਉਤਸ਼ਾਹ ਆ ਗਿਆ ਕਿ ਹੁਣ ਮੋਰਚਾ ਲੱਗਾ ਅਤੇ ਕੋਈ ਇਨਸਾਫ ਮਿਲੂਗਾ ਜੀ। ਅਤੇ ਅਸੀਂ ਵੀ ਇਸੇ ਆਸ ਦੇ ਨਾਲ ਇਹ ਮੋਰਚਾ ਆਰੰਭ ਕੀਤਾ। ਦੇਖੋ ਜਿੱਦਣ ਅਸੀਂ ਮੋਰਚਾ ਆਰੰਭ ਕੀਤਾ 1 ਜੂਨ ਨੂੰ, ਬੜਾ ਵੱਡਾ ਇੱਥੇ ਸੰਗਤਾਂ ਦਾ ਇਕੱਠ ਸੀ, ਬਾਦਲ ਬੀਜੇਪੀ ਕਾਂਗਰਸ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਵੀ ਇੱਥੇ ਆ ਗਈਆਂ ਮੰਚ ਦੇ ਉੱਤੇ ਜੀ, ਧਾਰਮਿਕ ਸੰਤ ਮਹਾਂਪੁਰਸ਼ ਸੰਪਰਦਾਵਾਂ ਟਕਸਾਲਾਂ ਬਹੁਤ ਵੱਡੀ ਪੱਧਰ 'ਤੇ, ਨਿਹੰਗ ਸਿੰਘ ਜਥੇਬੰਦੀਆਂ ਸਭ ਇੱਥੇ ਆਏ। ਮੋਰਚਾ ਆਰੰਭ ਹੋਇਆ ਤਾਂ SSP ਅਤੇ DC ਫਰੀਦਕੋਟ ਰਾਤ ਨੂੰ ਹੀ ਸਾਡੇ ਕੋਲ ਆ ਗਏ, ਅਗਲੇ ਦਿਨ IG ਆ ਗਏ, ਤੀਸਰੇ ਦਿਨ ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆ ਗਏ। ਉਸ ਦਿਨ ਹੀ ਸਾਨੂੰ ਪੰਜਾਬ ਸਰਕਾਰ ਦਾ ਸੱਦਾ ਆ ਗਿਆ ਵੀ ਸਾਨੂੰ ਦੱਸੋ ਕੀ ਮੰਗਾਂ ਨੇ, ਅਤੇ 6 ਜੂਨ ਨੂੰ ਪੰਜਾਬ ਭਵਨ ਦੇ ਵਿੱਚ ਮੇਰੇ ਨਾਲ 5 ਜਥੇਬੰਦੀਆਂ ਦੇ 1-1 ਨੁਮਾਇੰਦਾ ਲੈ ਕੇ ਇੱਕ ਵਫਦ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ। ਉਹਨਾਂ ਨੂੰ ਅਸੀਂ ਸਾਰਾ ਉਹਨਾਂ ਦੇ ਧਿਆਨ 'ਚ ਲਿਆਂਦਾ, ਉਹਨਾਂ ਵੀ ਕਿਹਾ ਵੀ ਕੋਈ ਗੈਰ ਕਾਨੂੰਨੀ ਮੰਗ ਹੀ ਨਹੀਂ ਹੈ, ਸਾਰੀਆਂ ਮੰਗਾਂ ਕਾਨੂੰਨ ਨੇ। ਕੀ ਮੰਗਾਂ ਸਨ ਬਰਗਾੜੀ? ਸਭ ਤੋਂ ਪਹਿਲੀ ਮੰਗ ਹੈ ਕਿ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ 1 ਜੂਨ ਨੂੰ 2015 ਨੂੰ ਬਰਗਾੜੀ ਦੀਆਂ ਗਲੀਆਂ 'ਚ 12 ਅਕਤੂਬਰ ਨੂੰ ਪੱਤਰੇ ਖਿਲਾਰੇ ਗਏ, ਪੋਸਟਰ ਲਾ ਕੇ ਦਬਕੇ ਮਾਰੇ ਗਏ ਦੋਸ਼ੀਆਂ ਦੇ ਵੱਲੋਂ, ਵੀ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਿ ਉਹ ਕੌਣ ਲੋਕ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਅਤੇ ਜਿਨ੍ਹਾਂ ਦੇ ਇਸ਼ਾਰੇ 'ਤੇ ਕੀਤੀ ਜੀ। ਦੂਸਰੀ ਮੰਗ ਸੀ ਜਿਹੜਾ ਇਨਸਾਫ ਮੰਗਦੇ ਸਿੱਖ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗਦੇ 14 ਤਰੀਕ ਨੂੰ ਬਹਿਬਲ ਦੇ ਵਿੱਚ ਸ਼ਹੀਦ ਕਰ ਦਿੱਤੇ 2 ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ, ਅਤੇ ਅਨੇਕਾਂ ਜ਼ਖਮੀ ਕਰ ਦਿੱਤੇ। ਕੋਟਕਪੂਰਾ 'ਚ ਵੀ ਲਾਠੀਚਾਰਜ, ਗੰਦੇ ਪਾਣੀ ਦੀਆਂ ਵਿਛਾੜਾਂ, ਬਾਣੀ ਪੜ੍ਹਦੇ ਸਿੱਖਾਂ ਦੇ ਉੱਤੇ, ਸ਼ਾਂਤਮਈ ਇਨਸਾਫ ਮੰਗ ਰਹੇ ਸਿੱਖਾਂ 'ਤੇ, ਲੋਕਤੰਤਰ ਦਾ ਇਨਸਾਫ ਦਾ ਕਤਲ ਕੀਤਾ ਬਾਦਲਾਂ ਨੇ, ਗੋਲੀਆਂ ਚਲਾਈਆਂ, ਉਹਨਾਂ ਦੋਸ਼ੀਆਂ ਨੂੰ ਸਜਾਵਾਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਅਤੇ ਜਿਨ੍ਹਾਂ ਨੇ ਗੋਲੀਆਂ ਮਾਰਨ ਦਾ ਹੁਕਮ ਦਿੱਤਾ, ਉਹਨਾਂ ਦੀ ਗ੍ਰਿਫਤਾਰੀ। 2 ਮੰਗਾਂ। ਤੀਸਰੀ ਸੀ ਸਾਡੀ ਕਿ ਜਿਹੜੇ ਸਾਡੇ ਸਿੱਖ ਸੰਘਰਸ਼ ਦੇ ਯੋਧੇ 20-25 ਸਾਲ ਤੋਂ ਜੇਲ੍ਹਾਂ 'ਚ ਨਜ਼ਰ ਬੰਦ ਨੇ, ਕਾਨੂੰਨ ਅਨੁਸਾਰ ਉਹਨਾਂ ਨੂੰ ਦਿੱਤੀਆਂ ਸਜਾਵਾਂ ਜਿਹੜੀਆਂ ਨੇ, ਕਾਨੂੰਨ ਦੇ ਦੋਹਰੇ ਮਾਪਦੰਡ ਬਣਾ ਕੇ ਧੱਕੇਸ਼ਾਹੀ ਕਰਕੇ ਉਹਨਾਂ ਨੂੰ ਜਿੰਨੀਆਂ ਸਜਾਵਾਂ ਦਿੱਤੀਆਂ ਪਰ ਉਹ ਪੂਰੀਆਂ ਵੀ ਕਰ ਚੁੱਕੇ ਆ, ਫਿਰ ਵੀ ਨਜ਼ਰ ਬੰਦ ਨੇ, ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਹੈ। 3 ਮੰਗਾਂ ਸੀ ਸਾਡੀਆਂ। ਤੁਸੀਂ 3 ਮੰਗਾਂ ਬਹਿਬਲ ਕਲਾਂ ਕਾਂਡ ਵਿੱਚ ਮੁੱਖ ਦੋਸ਼ੀ ਕਿਹਨਾਂ ਨੂੰ ਮੰਨਦੇ ਹੋ? ਦੇਖੋ ਸਰੇਆਮ ਹੀ ਆ ਕਿ ਬਹਿਬਲ ਦੇ ਵਿੱਚ ਗੋਲੀਆਂ ਪੁਲਿਸ ਅਫਸਰਾਂ ਨੇ, ਪੁਲਿਸ ਮੁਲਾਜ਼ਮਾਂ ਨੇ ਮਾਰੀਆਂ, ਅਤੇ ਗੋਲੀ ਚਲਾਉਣ ਦਾ ਹੁਕਮ ਕਿਹਨਾਂ ਨੇ ਦਿੱਤਾ? ਜਿਨ੍ਹਾਂ ਦੀ ਸਰਕਾਰ ਸੀ ਉਹ ਦੱਸਣ। ਅੱਜ ਵੀ ਜਿਹਨੂੰ ਮਰਜ਼ੀ ਪੁੱਛ ਲਓ, ਉੱਥੇ ਥਾਣੇਦਾਰ ਨੂੰ ਪੁੱਛੋ ਕਹਿੰਦਾ ਉੱਪਰੋਂ ਹੁਕਮ ਆਇਆ, ਉਹ ਥਾਣੇਦਾਰ ਦੇ ਉੱਪਰ DSP ਹੁੰਦਾ, ਉਹਨੂੰ ਪੁੱਛੋ ਕਹਿੰਦਾ ਉੱਪਰੋਂ ਹੁਕਮ ਆਇਆ, SSP ਹੁੰਦਾ ਉਹਦੇ ਉੱਤੇ, SSP ਨੂੰ ਪੁੱਛੋ ਕਹਿੰਦਾ ਉੱਪਰੋਂ ਹੁਕਮ ਆਇਆ, IG DGP ਆ ਗਏ, DGP ਨੂੰ ਪੁੱਛੋ ਵੀ ਕਹਿੰਦਾ ਉੱਪਰੋਂ ਹੁਕਮ, ਅਤੇ ਉੱਪਰੋਂ ਸਟੇਟ ਦੇ ਵਿੱਚ ਜਿਹੜਾ ਹੈਗਾ ਉਹ ਮੁੱਖ ਮੰਤਰੀ ਹੁੰਦਾ ਜੀ, ਸਾਰਿਆਂ ਤੋਂ ਉੱਪਰ ਤਾਂ ਪਰਮਾਤਮਾ ਆ, ਅਤੇ ਪਰਮਾਤਮਾ ਨੇ ਤਾਂ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ, ਹੁਕਮ ਤਾਂ ਸਰਕਾਰ ਨੇ ਦਿੱਤਾ ਜੀ, ਚਾਹੇ ਉਹ ਉਪ ਮੁੱਖ ਮੰਤਰੀ ਆ ਜਿਹਦੇ ਕੋਲ ਗ੍ਰਹਿ ਵਿਭਾਗ ਸੀਗਾ, ਪੁਲਿਸ ਮਹਿਕਮਾ ਸੀ, ਅਤੇ ਜਾਂ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਹੁਕਮ ਦਿੱਤਾ, ਸਿੱਧੇ ਤੌਰ 'ਤੇ ਦੋਸ਼ੀ ਆ। ਹੁਣ ਤਾਂ ਜਾਂਚ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਸਾਰਾ ਆ ਗਿਆ, ਹੁਣ ਤਾਂ ਵੀਡੀਓ ਵਾਇਰਲ ਹੋ ਗਈਆਂ ਨੇ ਕੋਟਕਪੂਰੇ ਕਾਂਡ ਦੀਆਂ, ਪਹਿਲਾਂ ਅਸੀਂ ਸਿੱਖ ਜਥੇਬੰਦੀਆਂ ਨੇ ਰਿਲੀਜ਼ ਕੀਤੀਆਂ ਸੀਗੀਆਂ, ਅਤੇ ਹੁਣ ਜਿਹੜੀਆਂ ਸਰਕਾਰੀ ਤੌਰ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਰਿਲੀਜ਼ ਕਰਤੀਆਂ, ਸ਼ਰੇਆਮ ਸ਼ਾਂਤਮਈ ਬੈਠੀਆਂ ਸੰਗਤਾਂ 'ਤੇ ਗੋਲੀਆਂ ਅਤੇ ਡਾਂਗਾਂ ਅਤੇ ਗੰਦੀ ਪਾਣੀ ਦੀਆਂ ਵਿਛਾੜਾਂ, ਉਹਦੇ ਲਈ ਸਿੱਧੇ ਬਾਦਲ ਕੇ ਦੋਸ਼ੀ ਆ, ਉਹਨਾਂ ਦੇ ਪੁਲਿਸ ਅਫਸਰ ਦੋਸ਼ੀ ਆ ਉਸ ਸਮੇਂ ਦੇ। ਇਹ ਕੀ ਮਸਲਾ ਬਰਗਾੜੀ ਮੋਰਚੇ ਦੇ ਵਿੱਚ ਵੱਡੇ ਵੱਡੇ ਕੈਬਨਿਟ ਮੰਤਰੀ ਵੀ ਇੱਥੇ ਕਾਂਗਰਸ ਦੇ ਪਹੁੰਚੇ, ਬੜਾ ਵੱਡਾ ਪ੍ਰੈਸ਼ਰ ਬਣਿਆ ਪੰਜਾਬ ਸਰਕਾਰ 'ਤੇ, ਵਿਧਾਨ ਸਭਾ 'ਚ ਬਹੁਤ ਵੱਡੀ ਆਵਾਜ਼ ਉੱਠੀ, ਪਰ ਵਿਧਾਨ ਸਭਾ ਦੁਆਰਾ ਫਿਰ ਇੱਕਦਮ ਸ਼ਾਂਤ ਹੋ ਚੁੱਕਾ ਆ, ਸਾਰੇ ਇਸ ਮਸਲੇ ਤੋਂ ਪਾਸਾ ਪਲਟੇ ਦਿਸ ਰਹੇ ਆ। ਦੇਖੋ ਕੀ ਤੁਸੀਂ ਇਸ ਵਿੱਚ ਕਾਂਗਰਸ ਨੂੰ ਵੀ ਜ਼ਿੰਮੇਵਾਰ ਸਮਝਦੇ ਹੋ? ਦੇਖੋ ਸਿੱਧੇ ਤੌਰ 'ਤੇ ਇਹਦੇ ਵਿੱਚ ਕਾਂਗਰਸ ਪਾਰਟੀ ਵੀ ਜ਼ਿੰਮੇਵਾਰ ਆ, ਹੁਣ ਇਨਸਾਫ ਨਾ ਦੇਣ ਕਰਕੇ, ਜਿਹੜਾ ਗੁਨਾਹ ਕੀਤਾ ਉਹ ਤਾਂ ਬਾਦਲ BJP ਸਰਕਾਰ ਨੇ, ਅਤੇ ਇਨਸਾਫ ਨਾ ਦੇਣ ਦਾ ਹੁਣ ਗੁਨਾਹ ਜਿਹੜਾ ਉਹ ਕਾਂਗਰਸ ਸਰਕਾਰ, ਕੈਪਟਨ ਸਰਕਾਰ ਕਰ ਰਹੀ ਹੈ। ਜਿਸ ਦਿਨ 6 ਜੂਨ ਨੂੰ ਮਿਲੇ ਸੀ ਉਸ ਦਿਨ ਵੀ, ਅਤੇ ਜਦੋਂ ਬਰਗਾੜੀ ਸਾਡੇ ਕੋਲ ਕੈਬਨਿਟ ਮੰਤਰੀ ਆਏ ਆ, ਉਹਨਾਂ ਨੇ ਵੀ ਕਿਹਾ ਇਨਸਾਫ ਕਰਾਂਗੇ, ਨਹੀਂ ਤਾਂ ਅਸਤੀਫਿਆਂ ਤੱਕ ਦੇ ਦਿਆਂਗੇ, ਵਿਧਾਨ ਸਭਾ 'ਚ ਵੀ ਉਹਨਾਂ ਨੇ ਇਹ ਗੱਲ ਕਹੀ ਆ। ਔਰ ਮੁੱਖ ਮੰਤਰੀ ਪੰਜਾਬ ਵੀ ਜਦੋਂ ਸਾਡੀ ਮੁਲਾਕਾਤ ਹੋਈ ਆ, ਜਾਂਚ ਕਮਿਸ਼ਨ ਦੀ ਰਿਪੋਰਟ ਦੇਣ ਤੱਕ, ਉਸ ਤੋਂ ਬਾਅਦ ਉਹਨੂੰ ਜਨਤਕ ਕਰਨ ਤੱਕ ਇਨਸਾਫ ਦੇਣ ਦੀ ਨੀਅਤ ਨਾਲ ਸੀ ਮੁੱਖ ਮੰਤਰੀ, ਪਰ ਜਿਸ ਦਿਨ ਉਹ ਦਿੱਲੀ ਜਾ ਕੇ ਆਏ ਆ,
ਰਾਜਨਾਥ ਸਿੰਘ ਗ੍ਰਹਿ ਮੰਤਰੀ ਨਾਲ ਮੀਟਿੰਗ ਹੋਈ, ਪ੍ਰਧਾਨ ਮੰਤਰੀ ਨਾਲ ਹੋਈ, ਪਤਾ ਨਹੀਂ ਉਹਨਾਂ ਨੇ ਕੀ ਡੰਡਾ ਦਿਖਾਇਆ ਕਿ ਉਹਨਾਂ ਦੀ ਸਾਰੀ ਬੋਲੀ ਬਦਲ ਗਈ ਆ। ਤੇ ਤੁਸੀਂ ਕੀ ਸੋਚਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਰਾਜਨਾਥ ਦਾ ਵੀ ਇਸ ਵਿੱਚ ਕੋਈ ਨਾ ਕੋਈ ਪ੍ਰੈਸ਼ਰ ਹੋ ਸਕਦਾ? ਸਿੱਧੇ ਤੌਰ ਤੇ ਦੇਖੋ, ਜਿੱਦਣ ਦਾ ਮੋਰਚਾ ਲੱਗਿਆ ਜਿਹੜੇ ਬਾਦਲ ਕੇ ਆ, ਉਹ ਰੋਜ਼ ਹੀ ਜਾ ਕੇ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਇਹ ਸਾਰੇ ਹੀ ਜਾ ਕੇ ਉਹਨਾਂ ਕੋਲ ਰੋਂਦੇ ਆ ਕਿ ਕੈਪਟਨ ਨੂੰ ਰੋਕੋ, ਉਹ ਸਾਨੂੰ ਜਿਹੜਾ ਫੜ ਕੇ ਅੰਦਰ ਕਰੂਗਾ, ਸਾਡੇ ਤੇ ਮੁਕੱਦਮਾ ਬੇਅਦਬੀ, ਸਾਡਾ ਸਾਰਾ ਕਾਂਡ ਨੰਗਾ ਹੋ ਰਿਹਾ ਵਾ, ਜਾਂਚ ਕਮਿਸ਼ਨ ਦੀ ਰਿਪੋਰਟ ਆ ਗਈ ਆ। ਤੇ ਉਹਨਾਂ ਨੇ ਜਾ ਕੇ ਸੈਂਟਰ ਆਪਣੀ ਭਾਈਵਾਲ ਪਾਰਟੀ ਕੋਲੇ ਰੋਏ ਆ, ਤੇ ਉਹ ਸੈਂਟਰ ਨੇ ਉਹਨਾਂ ਤੇ ਕੈਪਟਨ ਅਮਰਿੰਦਰ ਸਿੰਘ ਤੇ ਹੀ ਸਮਝਦੇ ਦਬਾਅ ਪਾਇਆ। ਪਰ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦੇ ਆ, ਇਨਸਾਫ ਕਰਨਾ ਚਾਹੀਦਾ, ਦਬਾਅ ਨਹੀਂ, ਇਹ ਰਾਜ ਭਾਗ ਸਦਾ ਨਹੀਂ ਰਹਿੰਦੇ, ਇਹ ਵੀ ਪਰਮਾਤਮਾ ਦੀ ਦੇਣ ਆ। ਜੇ ਇਨਸਾਫ ਨਾ ਕਰੀਏ, ਇਨਸਾਫ ਦੀ ਕੁਰਸੀ ਤੇ ਬਹਿ ਕੇ, ਤਾਂ ਫਿਰ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਨਾਂ ਲਿਖਿਆ ਜਾਣਾ, ਜਿਵੇਂ ਬਾਦਲਾਂ ਦਾ ਲਿਖਿਆ ਗਿਆ। ਹੁਣ ਜੋ ਅੱਜ ਦਾ ਇਤਿਹਾਸ 1978 ਤੋਂ ਲੈ ਕੇ 1984 ਹੁਣ ਤੱਕ ਦਾ, ਬਾਦਲਾਂ ਦਾ ਨਾਂ ਕਾਲੇ ਅੱਖਰਾਂ ਨਾਲ ਲਿਖਿਆ ਗਿਆ ਇਤਿਹਾਸ ਦੇ ਵਿੱਚ। ਅਤੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਨਸਾਫ ਨਾ ਕੀਤਾ, ਉਹ ਸੈਂਟਰ ਦੇ ਜਾਂ ਕੋਈ ਹੋਰ ਜਾਂ ਨਿੱਜੀ ਆਪਣੀ ਦੋਸਤੀ ਬਾਦਲ ਕੈਪਟਨ ਦੋਸਤੀ ਦੇ ਵਿੱਚ ਇਨਸਾਫ ਨੂੰ ਜੇ ਤਲਾਂਜਲੀ ਦੇ ਦਿੱਤੀ, ਇਨਸਾਫ ਤੋਂ ਅੱਖਾਂ ਮੀਟ ਲਈਆਂ, ਇਨਸਾਫ ਦਾ ਗਲਾ ਕਤਲ ਕਰ ਦਿੱਤਾ, ਲੋਕਤੰਤਰ ਦਾ, ਇਨਸਾਫ ਦਾ ਕਤਲ ਕਰ ਦਿੱਤਾ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਤਿਹਾਸ ਮੁਆਫ ਨਹੀਂ ਕਰੂਗਾ, ਨਾ ਕਾਲੇ ਅੱਖਰਾਂ ਚ ਲਿਖਿਆ ਜਾਵੇ। ਤੁਸੀਂ ਕੀ ਸੋਚਦੇ ਹੋ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਹੁਤ ਉੱਚੀ ਉੱਚੀ ਆਵਾਜ਼ ਵਿੱਚ ਵਿਧਾਨ ਸਭਾ 'ਚ ਭਾਸ਼ਣ ਵੀ ਦਿੱਤੇ, ਆਪਣੀ ਝੋਲੀ ਵੀ ਅੱਡੀ, ਹੱਥ ਵੀ ਜੋੜੇ ਕਿ ਕੈਪਟਨ ਸਾਹਿਬ ਇਸ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਦੋਸ਼ੀਆਂ ਨੂੰ? ਪਰ ਮਸਲਾ ਕੀ ਹੈ, ਗੱਲ ਕਿੱਥੇ ਅੜੀ ਹੋਈ ਹੈ? ਕਿਉਂ ਕਈ ਕੈਬਨਿਟ ਮੰਤਰੀ MLA ਪ੍ਰੈਸ਼ਰ ਵੀ ਪਾ ਰਹੇ, ਪਰ ਕੈਪਟਨ ਸਾਹਿਬ ਸ਼ਾਂਤ ਬੈਠੇ? ਦੇਖੋ, ਇਕੱਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਆ, ਉਸ ਦਿਨ ਤਾਂ 117 MLA ਜਿਹੜੇ ਪੰਜਾਬ ਦੇ ਵਿਧਾਨ ਸਭਾ ਸੀ, 14 ਅਕਾਲੀ ਦਲ ਵਾਲੇ ਛੱਡ ਕੇ ਅਤੇ BJP ਵਾਲੇ ਛੱਡ ਕੇ, ਸਾਰੇ ਚਾਹੇ ਉਹ ਆਮ ਪਾਰਟੀ ਦੇ ਸੀਗੇ, ਚਾਹੇ ਕਾਂਗਰਸ ਦੇ ਸੀ, ਚਾਹੇ ਉਹ ਲੋਕ ਇਨਸਾਫ ਪਾਰਟੀ ਦੇ ਸੀ, ਝੋਲੀਆਂ ਅੱਡ ਅੱਡ ਕੇ ਉਹਨਾਂ ਨੇ ਇਨਸਾਫ ਮੰਗਿਆ, ਚੀਕ ਚੀਕ ਕੇ ਇਨਸਾਫ ਮੰਗਿਆ ਕਿ ਕੈਪਟਨ ਸਾਹਿਬ ਕਬਰ ਪੁੱਟੀ ਪਈ ਆ, ਜਾਂ ਤਾਂ ਦੋਸ਼ੀ ਬਾਦਲਾਂ ਨੂੰ ਪਾ ਦਿਓ ਅਤੇ ਜਾਂ ਆਪ ਪੈ ਜਾਓ। ਇੱਕ ਹੀ ਰਾਹ ਤੁਹਾਡੇ ਕੋਲ ਇਨਸਾਫ ਦੇਣ ਦੀ ਤਾਕਤ ਆ, ਇਨਸਾਫ ਦਿਓ, ਇਨਸਾਫ ਕਰੋ ਇਸ ਮਸਲੇ ਦੇ ਨਾਲ। ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ, ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ, ਆਸਥਾ ਜੁੜੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਿੱਖ, ਮੁਸਲਮਾਨ, ਹਿੰਦੂ, ਈਸਾਈ, ਇਨਸਾਫ ਪਸੰਦ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਦੇ ਆ, ਅਤੇ ਸਭ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਕਤਲ ਹੋਈਆਂ ਨੇ, ਭਾਵਨਾਵਾਂ ਬਲੂੰਦਰੀਆਂ ਪਈਆਂ ਸਭ ਦੀਆਂ, ਇਨਸਾਫ ਕਰੋ। ਪਰ ਇੱਥੇ ਬਾਦਲ ਕੈਪਟਨ ਦੋਸਤੀ ਅਤੇ ਜਿਹੜਾ ਸੈਂਟਰ ਸਰਕਾਰ ਆ, ਜਿਹੜੇ ਇਨਸਾਫ ਨਹੀਂ ਚਾਹੁੰਦੀ, ਜਾਂ ਸਿੱਖ ਵਿਰੋਧੀ ਸੋਚ ਜਿਹੜੀ ਆ, ਸਿੱਖ ਵਿਰੋਧੀ ਏਜੰਸੀਆਂ ਜਿਹੜੀਆਂ, ਉਹਨਾਂ ਦਾ ਅਸੀਂ ਸਮਝਦੇ ਵੀ ਕੈਪਟਨ ਅਮਰਿੰਦਰ ਸਿੰਘ 'ਤੇ ਪ੍ਰਭਾਵ ਪੈ ਗਿਆ, ਤਾਂ ਕਰਕੇ ਉਹ ਬਰਗਾੜੀ ਬਹਿਬਲ ਦਾ ਇਨਸਾਫ ਕਰਨ ਤੋਂ ਪਿਛਾਂ ਹਟ ਰਹੇ ਆ। ਤੁਸੀਂ ਬਰਗਾੜੀ ਮੋਰਚੇ 'ਤੇ ਕਿਹਾ ਸੀ ਕਿ ਕੈਪਟਨ ਬਾਦਲ ਦਾ ਫਰੈਂਡਲੀ ਮੈਚ ਜ਼ਿਆਦਾਤਰ ਨਹੀਂ ਚੱਲਣ ਦੇਵਾਂਗੇ ਜੇਕਰ ਕੈਪਟਨ ਨੇ ਮੰਗਾਂ ਨਾ ਮੰਨੀਆਂ ਸਿੱਖ ਸੰਗਤ ਦੀਆਂ, ਅਤੇ ਉਹਨਾਂ ਨੂੰ ਮੋਤੀ ਮਹਿਲ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਵੇ। ਦੇਖੋ, ਅੱਜ ਬਾਦਲਾਂ ਨੂੰ ਪੰਜਾਬ 'ਚ ਨਿਕਲਣਾ ਔਖਾ ਹੋਇਆ, ਜੈੱਡ ਸਿਕਿਉਰਿਟੀ ਲੈ ਕੇ ਰੈਲੀਆਂ ਕਰ ਰਹੇ ਪਰ ਪਿੰਡਾਂ 'ਚ ਨਹੀਂ ਜਾ ਰਹੇ। ਪਿੰਡਾਂ 'ਚ ਇੱਧਰ ਮਾਝੇ ਵੱਲ ਗਏ ਸੀ ਹਰਸਿਮਰਤ ਕੌਰ ਬਾਦਲ, ਬਿਕਰਮ ਜੀਠੀਆ ਦੇ ਲੋਕ ਲਿਫਾਫਿਆਂ 'ਚ ਗੋਹਾ ਪਾਈ ਖੜ੍ਹੇ ਸੀ, ਇੱਟਾਂ ਰੋੜੇ ਲਈ ਖੜ੍ਹੇ ਸੀ ਉਹਨਾਂ ਦਾ ਸਵਾਗਤ ਕਰਨ ਲਈ। ਇਸੇ ਤਰ੍ਹਾਂ ਜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਫਰੈਂਡਲੀ ਮੈਚ ਖੇਡਣਗੇ, ਦੋਸਤੀ ਨਿਭਾਉਣਗੇ, ਇਨਸਾਫ ਨਹੀਂ ਕਰਨਗੇ, ਅਤੇ ਪੰਜਾਬ ਦੇ ਬਹਾਦਰ ਪੰਜਾਬੀ ਕਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਮੋਤੀ ਮਹਿਲ 'ਚੋਂ ਨਿਕਲ ਦੇਣਗੇ? ਇਹ ਸਿਕਿਉਰਟੀਆਂ ਜਿਹੜੀਆਂ ਨੇ ਇਹ ਓਨਾ ਚਿਰ ਨੇ ਜਿੰਨਾ ਚਿਰ ਲੋਕ ਜਾਗਦੇ 'ਚ ਆ, ਆਵਾਮ ਜਾਗਦੇ 'ਚ ਆ। ਜਦੋਂ ਆਵਾਮ ਜਾਗਦਾ, ਨਿਜ਼ਾਮ ਬਦਲੇ ਜਾਂਦੇ ਆ, ਫਿਰ ਗਦਾਫੀ ਦਾ ਕੀ ਹਾਲ ਹੋਇਆ, ਕਰਨਲ ਗਦਾਫੀ ਲਿਬੀਆ 'ਚ ਤੁਸੀਂ ਦੇਖ ਲਓ, ਹੋਸ਼ਨੀ ਮੁਬਾਰਕ ਦੇਖ ਲਓ, ਸਦਾਮ ਹੁਸੈਨ ਦੇਖ ਲਓ। ਅਤੇ ਇਸੇ ਤਰ੍ਹਾਂ ਜੇਕਰ ਇਨਸਾਫ ਨਹੀਂ ਕਰਨਗੇ ਤਾਂ ਲੋਕ ਕਿਵੇਂ ਮਹਿਲਾਂ 'ਚੋਂ ਨਿਕਲ ਦੇਣਗੇ? ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਨਸਾਫ ਕਰਨਾ ਚਾਹੀਦਾ। ਇਹ ਫਰੈਂਡਲੀ ਮੈਚ ਜਿਹੜਾ ਹੁਣ ਰੈਲੀਆਂ ਦੇ ਨਾਂ 'ਤੇ ਲੋਕਾਂ ਦਾ ਧਿਆਨ ਭਟਕਾਉਣਾ ਸ਼ੁਰੂ ਕਰ ਦਿੱਤਾ। ਦੇਖੋ ਕਿ ਬਰਗਾੜੀ ਮੋਰਚੇ ਵੱਲੋਂ ਲੋਕਾਂ ਦਾ ਧਿਆਨ ਡਾਈਵਰਟ ਕੀਤਾ ਜਾਵੇ, ਬੇਅਦਬੀ ਕਾਂਡ ਵੱਲੋਂ ਲੋਕਾਂ ਦਾ ਧਿਆਨ ਡਾਈਵਰਟ ਕੀਤਾ ਜਾਵੇ, ਧਿਆਨ ਭਟਕਾਇਆ ਜਾਵੇ। ਕੈਪਟਨ ਕਹਿੰਦਾ ਮੈਂ ਲੰਬੀ ਜਾ ਕੇ ਰੈਲੀ ਕਰੂੰਗਾ, ਅਤੇ ਬਾਦਲ ਕਹਿੰਦੇ ਅਸੀਂ ਪਟਿਆਲੇ ਜਾ ਕੇ ਰੈਲੀ ਕਰਾਂਗੇ। ਦੱਸੋ, ਚਲੋ ਬਾਦਲ ਕੇ ਤਾਂ ਰੈਲੀਆਂ ਕਰਨ, ਉਹ ਤਾਂ ਇਸ ਵੇਲੇ ਸੱਤਾ 'ਚ ਨਹੀਂ ਆ, ਉਹ ਤਾਂ ਹੁਣ ਕੰਧਾਂ 'ਚ ਵੱਜਦੇ ਫਿਰਦੇ ਆ, ਸੱਤਾ ਖੁਸ਼ੀ ਹੋਈ ਆ, ਪੈਰਾਂ ਥੱਲਿਓਂ ਜ਼ਮੀਨ ਖਿਸਕੀ ਹੋਈ ਆ। ਪਰ ਸਰਕਾਰ ਨੇ ਤਾਂ ਕਾਨੂੰਨ ਅਨੁਸਾਰ ਇਨਸਾਫ ਦੇਣਾ ਹੁੰਦਾ ਲੋਕਾਂ ਨੂੰ, ਸਰਕਾਰ ਨੂੰ ਰੈਲੀਆਂ ਕਰਨ ਦੀ ਕੀ ਲੋੜ ਆ? ਪਹਿਲਾਂ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਖੜ੍ਹੇ ਹੋ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਇਆ ਵੋਟਾਂ ਦੇ ਵਿੱਚ। ਜੇ ਕੈਪਟਨ ਅਮਰਿੰਦਰ ਸਿੰਘ ਨਾ ਜਾ ਕੇ ਖੜ੍ਹੇ ਹੁੰਦੇ ਲੰਬੀ, ਤਾਂ ਬਾਦਲ ਜਿੱਤ ਨਹੀਂ ਸੀ ਸਕਦਾ। ਰਵਨੀਤ ਸਿੰਘ ਬਿੱਟੂ ਨੂੰ ਖੜਾ ਕੇ ਜਲਾਲਾਬਾਦ ਅਤੇ ਸੁਖਬੀਰ ਬਾਦਲ ਨੂੰ ਜਿਤਾਇਆ, ਨਹੀਂ ਤਾਂ ਸੁਖਬੀਰ ਬਾਦਲ ਜਲਾਲਾਬਾਦ ਤੋਂ ਨਹੀਂ ਜਿੱਤ ਸਕਦਾ। ਇਹ ਜਿਹੜੀ ਦੋਸਤੀ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਲੋਕਾਂ ਦਾ ਖਦਸ਼ਾ ਸੀ ਨਾ, ਉਹ ਖਦਸ਼ਾ ਹੁਣ ਸੱਚ ਵਿੱਚ ਸਾਹਮਣੇ ਆ ਰਿਹਾ ਵਾ
ਕਿ ਇਹਨਾਂ ਦੀ ਦੋਸਤੀ ਹੈ ਜਿਹੜਾ ਫਰੈਂਡਲੀ ਮੈਚ ਆ ਦੋਸਤਾਨਾ ਮੈਚ ਖੇਡ ਰਹੇ ਰੈਲੀਆਂ ਦੇ ਨਾਂ 'ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ, ਪਰ ਲੋਕ ਇੰਨੇ ਸਿਆਣੇ ਹੋ ਚੁੱਕੇ ਆ ਪੰਥ ਦੇ ਪੰਜਾਬ ਦੇ ਲੋਕ, ਇਨਸਾਫ ਪਸੰਦ ਲੋਕ, ਉਹ ਇਹਨਾਂ ਦੀਆਂ ਰੈਲੀਆਂ ਵਾਲੀ ਗੇਮ 'ਚ ਨਹੀਂ ਪੈਣਗੇ। ਉਹਨਾਂ ਦਾ ਧਿਆਨ ਬਰਗਾੜੀ ਇਨਸਾਫ ਮੋਰਚੇ 'ਤੇ ਆ, ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਇਨਸਾਫ ਵਾਸਤੇ ਆ, ਬੰਦੀ ਸਿੰਘਾਂ ਦੀਆਂ ਰਿਹਾਈਆਂ ਵਾਸਤੇ ਲੋਕਾਂ ਦਾ ਧਿਆਨ। ਤਾਂ ਹੀ ਹੁਣ ਤੱਕ 22-23 ਲੱਖ ਦੇ ਕਰੀਬ ਸਿੱਖ ਸੰਗਤਾਂ ਬਰਗਾੜੀ ਦੀ ਦਾਣਾ ਮੰਡੀ ਵਿੱਚ ਪਿਛਲੇ 4 ਮਹੀਨਿਆਂ ਤੋਂ ਹਾਜ਼ਰੀ ਲਵਾ ਚੁੱਕੀਆਂ। ਇਕੱਲਾ ਪੰਜਾਬ ਹੀ ਨਹੀਂ, ਮਾਝਾ ਮਾਲਵਾ ਦੁਆਬਾ ਹੀ ਨਹੀਂ, ਜੰਮੂ ਕਸ਼ਮੀਰ, ਉੱਤਰਾਖੰਡ, ਯੂਪੀ, ਦਿੱਲੀ, ਹਰਿਆਣਾ, ਰਾਜਸਥਾਨ, ਦੂਜੀਆਂ ਸਟੇਟਾਂ, ਵਿਦੇਸ਼ਾਂ ਤੋਂ ਵੀ ਸਿੱਖ ਆ ਕੇ ਇਸ ਬਰਗਾੜੀ ਦੇ ਇਨਸਾਫ ਮੋਰਚੇ 'ਚ ਆਪਣਾ ਸਮਰਥਨ ਕਰ ਚੁੱਕੇ। ਇਸ ਕਰਕੇ ਇਹ ਫਰੈਂਡਲੀ ਮੈਚ, ਦੋਸਤਾਨਾ ਮੈਚ ਬਹੁਤਾ ਚਿਰ ਨਹੀਂ ਚੱਲਣਾ, ਇਹ ਸੱਚ ਲੋਕਾਂ ਦੇ ਸਾਹਮਣੇ ਆ ਰਿਹਾ। ਇਨਸਾਫ ਕਰਨਾ ਪੈਣਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਦਾਦੂਵਾਲ ਅਤੇ ਬਰਗਾੜੀ ਮੋਰਚੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਅਤੇ ISI ਦਾ ਹੱਥ ਹੈ, ਕੀ ਸੱਚ ਹੈ? ਦੇਖੋ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਬਰਅਦਬੀ ਵੇਲੇ ਵੀ ਉਹਨਾਂ ਨੇ ਕਿਹਾ ਸੀਗਾ ਕਿ ISI ਦਾ ਹੱਥ ਆ, ਜਦੋਂ ਕਿ ਨਿਕਲੇ ਸੌਦਾ ਸਾਹ ਅਤੇ ਉਹਦੇ ਪੈਰੋਕਾਰ ਜਿਹੜੇ SIT ਨੇ ਫੜੇ ਹੋਏ ਆ 10 ਮੁਲਜ਼ਮ ਜੀ, ਉਹਨਾਂ 'ਚੋਂ 3 CBI ਲੈ ਗਈ ਸੀ ਔਰ ਕੋਰਟ ਦੇ ਵਿੱਚ ਉਹ ਮੰਨ ਚੁੱਕੇ ਆ, ਜਿਹੜਾ ਉਹ ਮਹਿੰਦਰਪਾਲ ਬਿੱਟੂ, ਸ਼ਕਤੀ ਸਨੀ ਵਗੈਰਾ ਕੋਟਕਪੂਰਾ ਤੋਂ ਫੜੇ ਆਸੇ ਪਾਸੇ ਪਿੰਡਾਂ ਤੋਂ, ਉਹ ਮੰਨ ਚੁੱਕੇ ਆ। ਸੁਖਬੀਰ ਬਾਦਲ ਤਾਂ ਉਦੋਂ ਵੀ ISI ਕਹਿੰਦਾ ਸੀਗਾ ਜੀ। ਜਦੋਂ ਵੀ ਕੋਈ ਬੰਦਾ ਇਹਨਾਂ ਦੇ ਝੂਠ ਨੂੰ ਲੋਕਾਂ 'ਚ ਨੰਗਾ ਕਰਦਾ, ਇਹਨਾਂ ਦੀਆਂ ਨਾਕਾਮੀਆਂ ਨੂੰ ਲੈ ਕੇ ਲੋਕਾਂ 'ਚ ਜਾਂਦਾ ਵਾ, ਇਹਨਾਂ ਦਾ ਸੱਚ ਸਾਹਮਣੇ ਅਤੇ ਉਹਨੂੰ ਡਰਾਉਂਦੇ ਆ, ਧਮਕਾਉਂਦੇ ਆ, ਜਾਂ ਲਾਲਚ ਦੇ ਕੇ ਜਿਵੇਂ ਗੁਰਮੁਖ ਸਿੰਘ ਨੂੰ ਨਾਲ ਜੋੜ ਲਿਆ ਇਹਨਾਂ ਨੇ, ਦੁਬਾਰਾ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਬਣਾਤਾ, ਜਾਂ ਲਾਲਚ ਦੇ ਕੇ ਨਾਲ ਲਾ ਲੈਂਦੇ ਆ, ਜਿਹੜਾ ਲਾਲਚ ਨਾ ਲਵੇ ਉਹਨੂੰ ਡਰਾਉਂਦੇ ਆ, ਇਹ ਡਰਾਉਣ ਦੀ ਨੀਤੀ ਹੈ। ਜਿਵੇਂ ਹੁਣ ਇਹਨਾਂ ਨੇ ਆ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਧੱਕੇਸ਼ਾਹੀ ਕੀਤੀ ਅਤੇ ਮੁਕਤਸਰ ਦੇ SSP ਨੇ ਪਰਚਾ ਦਰਜ ਕਰਤਾ, ਹੁਣ ਮੁਕਤਸਰ ਦੇ SSP ਨੂੰ ਡਰਾ ਰਹੇ ਆ। ਦੇਖੋ, ਕੱਲ੍ਹ ਛਪਾਰ ਦੀ ਰੈਲੀ ਦੇ ਵਿੱਚ ਬਿਕਰਮ ਮਜੀਠੀਆ ਕੀ ਕਹਿ ਰਿਹਾ, ਕਹਿੰਦਾ ਲਾਲ ਡੈਰੀ ਲਾਈ ਹੈ ਸੁਖਬੀਰ ਨੇ, ਅਫਸਰਾਂ ਦੇ ਨਾਂ ਲਿਖੇ ਜਾ ਰਹੇ ਆ, ਜਦੋਂ ਸਰਕਾਰ ਆਈ ਘੜੀਸਾਂਗੇ, ਸੁਖਬੀਰ ਕਹਿ ਰਿਹਾ ਇਹਨੂੰ ਘੜੀਸਾਂਗੇ, ਪਰਚਾ ਦਰਜ ਕਰਕੇ ਉਸੇ ਥਾਣੇ 'ਚ ਡੱਕਾਂਗੇ। ਲੋਕਤੰਤਰ ਦਾ ਕਤਲ ਨਹੀਂ ਹੈ, ਸਿੱਧੇ ਤੌਰ 'ਤੇ ਡਰਾਉਂਦੇ ਆ। ਇਸੇ ਤਰ੍ਹਾਂ ਇਹ ਸਾਨੂੰ ISI ਸਾਡੇ, ਮੈਂ ਵਕੀਲਾਂ ਨਾਲ ਸਲਾਹ ਕੀਤੀ ਆ, ਐਪਲੀਕੇਸ਼ਨ ਤਿਆਰ ਆ ਅਤੇ ਅਸੀਂ ਇਹਦੇ 'ਤੇ ਡੈਫਾਮੇਸ਼ਨ ਦਾ ਕੇਸ ਪਾ ਰਹੇ ਹਾਂ ਸਰਕਾਰ ਅਦਾਲਤ ਦੇ ਵਿੱਚ, ਬਕਾਇਦਾ ਮਾਣਹਾਨੀ ਦਾ, ਕਿ ਜੋ ਜਾਂ ਤਾਂ ਸਾਡੇ ਸੰਬੰਧ ਸਿੱਧ ਕਰੇ, ਜੇ ਸਿੱਧ ਨਹੀਂ ਕਰ ਸਕਦਾ ਤਾਂ ਫਿਰ ਇਸ 'ਤੇ ਕਾਨੂੰਨ ਦੀ ਕਾਰਵਾਈ ਹੋਵੇ, ਕਿਉਂਕਿ ਝੂਠ ਬੋਲ ਰਿਹਾ। ਮੈਂ ਪਹਿਲਾਂ ਵੀ ਕਹਿ ਚੁੱਕਿਆ, ISI ਦੀ ਫੁੱਲ ਫਾਰਮ ਦਾ ਵੀ ਨਹੀਂ ਮੈਨੂੰ ਪਤਾ ਵੀ ISI ਦਾ ਮਤਲਬ ਕੀ ਹੈ। ਇਹ ਜਾਣ ਬੁੱਝ ਕੇ ਕਦੇ ਮੈਨੂੰ, ਕਦੇ ਧਿਆਨ ਸਿੰਘ ਮੰਡ, ਕਦੇ ਬਰਗਾੜੀ ਮੋਰਚੇ ਨੂੰ, ਪਹਿਲਾਂ ਇਹਨਾਂ ਨੇ ਬਰਗਾੜੀ ਇਨਸਾਫ ਮੋਰਚੇ ਨੂੰ ਕਾਂਗਰਸੀ ਕਹਿ ਕੇ ਭੰਡਿਆ ਵੀ ਇਹ ਕਾਂਗਰਸੀ ਹੈ, ਜਦੋਂ ਲੋਕਾਂ ਨੇ ਨਹੀਂ ਮੰਨਿਆ, ਲੋਕ ਕਾਫਲੇ ਬੰਨ ਬੰਨ ਆਈ ਗਈਆਂ, ਸਿੱਖ ਸੰਗਤਾਂ, ਮੁਸਲਮਾਨ, ਹਿੰਦੂ, ਈਸਾਈ ਸਭ ਆਏ ਇੱਥੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘ ਆ ਗਏ, ਅਕਾਲ ਤਖਤ ਸਾਹਿਬ ਦੇ ਢਾਡੀ ਸਿੰਘ ਆ ਗਏ, ਸੱਚਖੰਡ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਇੱਥੇ ਆ ਗਏ, ਸੁਖਬੀਰ ਬਾਦਲ ਦੇ ਪ੍ਰਬੰਧ 'ਚ ਆ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਦਾ ਪ੍ਰਬੰਧ। ਮੈਨੂੰ ਸੁਖਬੀਰ ਬਾਦਲ ਦੱਸੇ ਕਿ ਉਹ ਪਾਠੀ ਸਿੰਘ ISI ਆ, ਉਹ ਢਾਡੀ ਸਿੰਘ ISI ਨੇ, ਰਾਗੀ ਸਿੰਘ ISI ਨੇ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਮੰਡ ਅਤੇ ਦਾਦੂਵਾਲ ਦੀ ਦੁਕਾਨ ਬਰਗਾੜੀ ਮੋਰਚੇ ਵਾਲੀ ਬੰਦ ਹੋਣ ਵਾਲੀ ਹੈ, ਲੋਕ ਉੱਥੇ ਪਹਿਲਾਂ ਖੀਰ ਅਤੇ ਜਲੇਬੀਆਂ ਖਾਣ ਹੀ ਜਾਂਦੇ ਸਨ, ਇਹ ਬੰਦ ਇਸ ਲਈ ਨਕਾਰ ਰਹੇ ਕਿਉਂਕਿ ਹਰ ਰੋਜ਼ ਰੋਜ਼ਾਨਾ ਇਹਨਾਂ ਨੂੰ 10 ਲੱਖ ਰੁਪਏ ਬਾਹਰੋਂ ਆਉਂਦਾ ਹੈ। ਦੇਖੋ, ਸੁਖਬੀਰ ਕੁਝ ਵੀ ਕਹਿ ਸਕਦਾ, ਮੈਂ ਇੱਕ ਗੱਲ ਕਹਿੰਦਾ, ਜਦੋਂ ਦਾ ਅਸੀਂ ਮੋਰਚਾ ਲਾਇਆ ਨਾ, ਸੰਗਤਾਂ ਨੇ ਦੇਸ਼ ਵਿਦੇਸ਼ 'ਚੋਂ ਇਹਦਾ ਸਮਰਥਨ ਕੀਤਾ, ਇਹ 'ਚ ਕੋਈ ਦੋ ਰਾਵਾਂ ਨਹੀਂ। ਜਿਹੜੇ ਪ੍ਰਬੰਧ ਚੱਲ ਰਹੇ ਆ, ਗੁਰੂ ਕੇ ਲੰਗਰ, ਟੈਂਟ ਲੱਗੇ ਆ, ਰੋਜ਼ਾਨਾ ਦੇ ਖਰਚ, ਸਾਰਾ ਹਿਸਾਬ ਕਿਤਾਬ ਭਾਈ ਧਿਆਨ ਸਿੰਘ ਮੰਡ ਦੇ ਕੋਲ ਆ ਜੀ। ਉਹ ਕਿੰਨਾ ਕੀ ਖਰਚ ਕਰ ਰਹੇ, ਕੀ ਆਮਦਨ, ਮੈਂ ਅੱਜ ਤੱਕ ਪਿਛਲੇ 4 ਮਹੀਨਿਆਂ ਤੋਂ, 4 ਮਹੀਨੇ ਪੂਰੇ ਹੋਣ ਵਾਲੇ ਆ, 10 ਰੁਪਏ ਕਦੇ ਤੇਲ ਵਾਸਤੇ ਨਹੀਂ ਲੈ ਕੇ ਗਿਆ। ਮੈਂ ਤਾਂ ਮੰਡ ਸਾਹਿਬ ਕੋਲ ਬੈਠੇ ਭਰੇ ਇਕੱਠ ਦੇ ਵਿੱਚ ਬੋਲਿਆ, ਬਲਜੀਤ ਸਿੰਘ ਦਾਦੂਵਾਲ ਮੋਰਚੇ 'ਤੇ ਇੱਥੇ ਮੈਨੂੰ ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਨੇ ਇੱਥੇ ਪੈਸੇ ਫੜਾਏ, ਜਿਹੜੇ ਮੈਂ ਉੱਥੇ ਜਮ੍ਹਾਂ ਕਰਾ ਦਿੰਦਾ ਉੱਥੇ ਬਕਾਇਦਾ ਸੰਗਤ ਦੇ ਸਾਹਮਣੇ, ਔਰ ਅਨਾਊਂਸ ਹੁੰਦੇ ਨੇ ਬਕਾਇਦਾ ਸਟੇਜ 'ਤੇ, ਜੋ ਸਾਨੂੰ ਸੰਗਤ ਉੱਥੇ ਮੋਰਚੇ ਦੇ ਪ੍ਰਬੰਧਾਂ ਲਈ ਦਿੰਦੀ, ਉਹ ਅਨਾਊਂਸ ਹੁੰਦਾ ਬਕਾਇਦਾ, TV ਚੈਨਲ ਲੱਗੇ ਨੇ, ਲਾਈਵ ਟੈਲੀਕਾਸਟ ਹੋ ਰਿਹਾ, ਏਜੰਸੀਆਂ ਬੈਠੀਆਂ ਨੇ ਸਰਕਾਰ ਦੀਆਂ ਉੱਥੇ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਏਜੰਸੀਆਂ ਮੂਰਖ ਨੇ, ਉਹਨਾਂ ਨੂੰ ਨਹੀਂ ਪਤਾ, ਸੁਖਬੀਰ ਬਾਦਲ ਨੂੰ ਹੀ ਸਾਰਾ ਪਤਾ। ਸੁਖਬੀਰ ਬਾਦਲ ਨੂੰ ਜੇ ਇੰਨੀ ਜ਼ਿਆਦਾ ਏਜੰਸੀਆਂ ਬਾਰੇ ਜਾਂ ਇਹੋ ਜਿਹੀਆਂ ਗੱਲਾਂ ਬਾਰੇ ਖੁਫੀਆ ਜਾਣਕਾਰੀ, ਤਾਂ ਉਹਨੂੰ ਸਿਆਸਤ ਛੱਡ ਕੇ ਕਿਸੇ ਖੁਫੀਆ ਮਹਿਕਮੇ 'ਚ ਭਰਤੀ ਹੋ ਜਾਣਾ ਚਾਹੀਦਾ। ਇਹ ਸਾਰਾ ਗੁੰਮਰਾਹਕੁੰਨ ਪ੍ਰਚਾਰ ਆ, ਜਿਹੜਾ ਕੋਈ ਪੈਸਾ ਉੱਥੇ ਆ ਉਹ ਪ੍ਰਬੰਧਾਂ 'ਤੇ ਖਰਚ ਹੋ ਰਿਹਾ। ਮੈਨੂੰ ਨਹੀਂ ਪਤਾ ਉੱਥੇ ਪਾਏ ਜ਼ਿਆਦਾ ਨਹੀਂ ਕਿ ਖਰਚ ਜ਼ਿਆਦਾ ਹੋਏ ਨੇ। ਪਹਿਲਾਂ ਪਹਿਲ ਜਿਹੜਾ ਪ੍ਰਬੰਧ ਹੋਇਆ ਉਹਦੇ 'ਤੇ ਮੈਂ ਖਰਚ ਕੀਤਾ ਸੀ 1 ਜੂਨ ਵਾਲੇ 'ਤੇ, ਉਸ ਤੋਂ ਬਾਅਦ ਸਾਰਾ ਭਾਈ ਧਿਆਨ ਸਿੰਘ ਮੰਡ ਜਿਹੜਾ ਉਹ ਖਰਚ ਕਰ ਰਹੇ, ਜੋ ਸੰਗਤਾਂ ਦੇ ਰਹੀਆਂ, ਜੋ ਉੱਥੇ ਆ ਰਿਹਾ, ਮੇਰੇ ਅਕਾਊਂਟ ਤੁਸੀਂ ਦੇਖ ਸਕਦੇ ਆ, ਮੇਰੇ ਅਕਾਊਂਟਾਂ 'ਚ ਕੋਈ ਪੈਸਾ ਆਇਆ ਤਾਂ ਦੇਖ ਸਕਦੇ ਆ ਤੁਸੀਂ। ਇਹ ਤਾਂ ਜਾਣ ਬੁੱਝ ਕੇ ਅਕਾਊਂਟਾਂ ਦੇ ਨੰਬਰ ਸੁਖਬੀਰ ਬਾਦਲ ਨੇ ਜਿਹੜੇ ਲਹਿਰਾਏ ਸੀ ਮੀਡੀਆ ਕੋਲ,
ਉਹਦੇ 'ਚ ਤਿੰਨ ਅਕਾਊਂਟ ਹੀ ਫੇਕ ਨੇ ਜੀ, ਦੋ ਤਾਂ ਇਨਵੈਲਿਡ ਨੇ, ਹੈ ਹੀ ਨਹੀਂ, ਇੱਕ ਕਿਸੇ ਹੋਰ ਦਾ, ਮੇਰਾ ਅਕਾਊਂਟ ਹੀ ਨਹੀਂ ਹੈਗਾ, ਨਾਲੇ ਉਹ ਇਕੱਲੇ ਅਕਾਊਂਟ ਨੰਬਰ ਨੇ, ਕੋਈ ਸਟੇਟਮੈਂਟਾਂ ਨਹੀਂ, ਮੇਰੇ ਕੋਲ ਤਾਂ ਮੈਂ ਸਟੇਟਮੈਂਟਾਂ ਕਢਾਈਆਂ ਨੇ, ਮੀਡੀਆ ਨੂੰ ਦਿਖਾ ਰਿਹਾ ਕਿ ਦੇਖੋ 16 ਕਰੋੜ ਦਾ ਜਦੋਂ ਦਾ ਮੇਰਾ ਅਕਾਊਂਟ ਖੁੱਲ੍ਹੇ, ਲੈਣ ਦੇਣ ਹੀ ਨਹੀਂ ਹੋਇਆ ਅੱਜ ਤੱਕ, 16 ਕਰੋੜ ਦੀ ਐਂਟਰੀ ਤਾਂ ਕੀ ਹੋਣੀ ਹੈ। ਤੁਸੀਂ ਇੰਨਾ ਦੇਰੀ ਕਿਉਂ ਕਰ ਦਿੱਤੀ? ਅਜੇ ਤੱਕ ਉਹਨਾਂ ਖਿਲਾਫ਼ ਕੋਈ ਲਿਖਤੀ ਸ਼ਿਕਾਇਤ ਵੀ ਨਹੀਂ ਦਿੱਤੀ, ਅਜੇ ਤੱਕ ਤੁਸੀਂ ਉਹਨਾਂ ਦੇ ਖਿਲਾਫ਼ ਮਾਣਹਾਨੀ ਦਾ ਕੇਸ ਵੀ ਨਹੀਂ ਕੀਤਾ? ਨਹੀਂ, ਮੇਰੇ ਇੰਨੀ ਲੇਟ ਕਿਉਂ? ਇਹ ਵਕੀਲਾਂ ਦੀ ਸਲਾਹ ਲਈ ਹੈ ਬਕਾਇਦਾ, ਵਕੀਲਾਂ ਨੇ ਐਪਲੀਕੇਸ਼ਨ ਤਿਆਰ ਕੀਤੀ, ਮੈਨੂੰ ਭੇਜੀ ਸੀ, ਉਹ 'ਚ ਕੁਝ ਅਮੈਂਡਮੈਂਟ ਹੋਣਾ ਸੀਗਾ, ਤਾਂ ਹੁਣ 1-2 ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ ਜਾਣ ਵਾਲੀ ਹੈ ਗੱਲ। ਬਾਕੀ ਸਿੱਖ ਸੰਗਤਾਂ, ਸਿੱਖ ਪੰਥ ਸਾਰਾ ਕੁਝ ਜਾਣਦਾ ਕਿ ਝੂਠ ਬੋਲ ਰਹੇ ਆ, ਉਹਨਾਂ 'ਚ ਇਸ ਗੱਲ ਦੀਆਂ ਕੋਈ ਮਾਨਤਾ ਨਹੀਂ। ਸੁਖਬੀਰ ਨੂੰ ਤਾਂ ਲੋਕ ਵੈਸੇ ਹੀ ਸੁੱਖਾ ਗੱਪੀ ਕਹਿ ਕੇ ਬੁਲਾਉਂਦੇ, ਸੁੱਖਾ ਅਮਲੀ ਵੀ ਕਹਿ ਦਿੰਦੇ ਆ, ਤੁਸੀਂ ਮੀਡੀਆ 'ਚ, ਸੋਸ਼ਲ ਮੀਡੀਆ ਅਖਬਾਰਾਂ 'ਤੇ ਪੜ੍ਹਦੇ ਆ, ਉਹਦੇ ਬਿਆਨਾਂ ਦਾ ਬਹੁਤਾ ਕੋਈ ਧਿਆਨ ਨਹੀਂ ਦਿੰਦੇ। ਪਰ ਜਿਹੜਾ ਉਹਨੇ ਬਿਆਨਬਾਜ਼ੀ ਕੀਤੀ, ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਇੱਥੇ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦਾ ਦਰਦ ਲੈ ਕੇ ਆਉਂਦੇ, ਮੁਸਲਮਾਨ ਹਿੰਦੂ ਭਰਾ ਗੁਰੂ ਗ੍ਰੰਥ ਸਾਹਿਬ ਦਾ ਦਰਦ ਇਨਸਾਫ ਲੈਣ ਵਾਸਤੇ ਆਉਂਦੇ ਆ, ਕੋਈ ਖੀਰ ਕੜਾਹ ਨਹੀਂ। ਅਸੀਂ ਤਾਂ ਸੰਗਤ ਦੀ ਉਨੀ ਸੇਵਾ ਕਰ ਹੀ ਨਹੀਂ ਸਕਦੇ ਜਿੰਨੀ ਹੋਣੀ ਚਾਹੀਦੀ ਹੈ। ਸੰਗਤਾਂ ਆਪਣੇ ਘਰਾਂ 'ਚ 36 ਪ੍ਰਕਾਰ ਦੇ ਪਦਾਰਥ ਛਕਦੀਆਂ, ਬਰਗਾੜੀ ਦੀ ਦਾਣਾ ਮੰਡੀ ਸਿਰਫ ਦਾਲ ਪ੍ਰਸ਼ਾਦਾ ਬਣਦਾ, ਹਾਂ ਖੀਰ ਜਲੇਬੀਆਂ ਮਾਲਪੂੜੀਆਂ ਸੰਗਤਾਂ ਆਪ ਬਣਾ ਕੇ ਲੈ ਆਉਂਦੀਆਂ ਉੱਥੇ ਆਈਆਂ ਸੰਗਤਾਂ ਵਾਸਤੇ, ਅਸੀਂ ਉਹ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਬਰਗਾੜੀ ਦੀ ਦਾਣਾ ਮੰਡੀ 'ਚ ਕਦੇ ਵੀ ਖੀਰ ਜਲੇਬੀਆਂ ਅਤੇ ਕੜਾਹ ਨਹੀਂ ਬਣਿਆ, ਸਾਦਾ ਦਾਲ ਪ੍ਰਸ਼ਾਦਾ ਬਣਦਾ, ਇਹ ਜਾਣ। ਦੂਜਾ ਇਹਨੇ ਇਹਨੂੰ ਦੇਖੋ, ਬਰਗਾੜੀ ਇਨਸਾਫ ਦਾ ਮੋਰਚਾ, ਇਹਨੂੰ ਦੁਕਾਨ ਦੱਸਦਾ ਸੁਖਬੀਰ ਬਾਦਲ, ਇਹ ਤਾਂ ਇਨਸਾਫ ਦਾ ਮੋਰਚਾ। ਬਾਕੀ ਅੱਜ ਵੀ ਤੁਸੀਂ ਦੇਖਿਆ ਕਿੰਨੀ ਵੱਡੀ ਗਿਣਤੀ 'ਚ ਸੰਗਤਾਂ ਇੱਥੇ ਪੁੱਜੀਆਂ, ਹਜ਼ਾਰਾਂ ਸੰਗਤਾਂ ਰੋਜ਼ ਆਉਂਦੀਆਂ ਨੇ ਦੂਰ ਦੁਰਾਡਿਆਂ ਤੋਂ, ਕਾਫਲੇ ਬੰਨ ਬੰਨ ਕੇ ਸੰਗਤਾਂ ਦੇ, ਅੱਜ ਵੀ ਮਾਝੇ ਮਾਲਵੇ ਦੁਆਬੇ 'ਚੋਂ ਜੱਥੇ ਆਏ, ਤੁਸੀਂ ਦੇਖੇ ਆਪ ਬਰਗਾੜੀ ਦੇ ਮੋਰਚੇ ਦੇ ਵਿੱਚ ਤੁਸੀਂ ਆਪ ਆ ਕੇ ਦੇਖਿਆ ਵਾ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ, ਦੂਸਰੀ ਗੱਲ ਜੋ ਇਹ ਕਹਿੰਦਾ ਸੁਖਬੀਰ ਬਾਦਲ, ਅਸੀਂ ਰੇਤਾ ਨਹੀਂ ਵੇਚਿਆ ਪੰਜਾਬ ਦਾ, ਬਜਰੀ ਨਹੀਂ ਵੇਚੀ, ਰੇਤ ਮਾਫੀਆ, ਬਜਰੀ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਪੰਜਾਬ ਦੇ ਲੋਕਾਂ ਨੂੰ ਪਿਛਲੇ 10 ਸਾਲ ਇਹਨਾਂ ਲੁੱਟਿਆ ਅਤੇ ਕੁੱਟਿਆ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਇਹਨਾਂ ਨੇ ਖੋਹੀ ਹੈ। ਸਾਨੂੰ ਤਾਂ ਸਿੱਖ ਸੰਗਤਾਂ ਖੁਸ਼ੀ ਦੇ ਨਾਲ ਇਹ ਮੋਰਚਾ ਚਲਾਉਣ ਵਾਸਤੇ ਜਾਂ ਕਾਰ ਸੇਵਾਵਾਂ ਵਾਸਤੇ ਭੇਟ ਕਰਦੇ, ਜੋ ਮੇਰੇ ਕੋਲ 5-4 ਗੁਰਦੁਆਰਿਆਂ ਦੀਆਂ ਕਾਰ ਸੇਵਾਵਾਂ ਨੇ, ਪਰ ਬਾਦਲ ਸਾਹਿਬ ਉਹ ਕਾਰ ਸੇਵਾਵਾਂ ਕਰਦਾ। ਮੰਡ ਸਾਹਿਬ ਨੇ ਪਿਛਲੇ ਦਿਨੀ 30 ਲੱਖ ਰੁਪਏ ਦੀ ਇੱਕ ਰਜਿਸਟਰੀ, 1.5 ਕਰੋੜ ਦੀ ਗੱਡੀ ਲੈ ਕੇ ਦਾਦੂਵਾਲ ਸਾਹਿਬ ਘੁੰਮ ਰਹੇ ਆ। ਉਹਦਾ ਮੰਡ ਸਾਹਿਬ ਨੇ ਸਪਸ਼ਟੀਕਰਨ ਦੇ ਦਿੱਤਾ, ਮੈਂ ਗੱਡੀਆਂ ਦੀ ਗੱਲ 2009 ਦੇ ਵਿੱਚ ਬਾਦਲਾਂ ਨੇ ਮੇਰੀਆਂ ਬਾਜੇ ਖਾਨ ਨੇ 2 ਗੱਡੀਆਂ ਤੋੜੀਆਂ ਸੀ ਧਰਮ ਪ੍ਰਚਾਰ ਕਰ ਦਿੱਤੀਆਂ, ਸੌਦਾ ਸਾਧ ਵਾਲਿਆਂ ਦਾ ਪੱਖ ਕੀਤਾ ਅਤੇ ਮੈਂ ਜਿਨ੍ਹਾਂ 'ਤੇ ਕੀਰਤਨ ਕਰਨ ਆਇਆ ਉਹ ਤੋੜ ਦਿੱਤੀਆਂ, ਮੈਨੂੰ ਪੰਥ ਨੇ 4 ਲੈ ਕੇ ਦਿੱਤੀਆਂ। ਸੰਗਤ ਨੇ ਕਿਹਾ ਵੀ ਜੇ ਤੁਹਾਡੀਆਂ 2 ਤੋੜੀਆਂ ਹੀ 4 ਲੈ ਕੇ ਦਿੱਤੀਆਂ, ਜੇ 4 ਲੈ ਕੇ ਦੇ ਤੋੜਨਗੇ ਤਾਂ ਅਸੀਂ 8 ਲੈ ਕੇ ਦੇਵਾਂਗੇ। ਅਸੀਂ ਸਿੱਖ ਸੰਗਤਾਂ ਦੀ ਸੇਵਾ 21 ਸਾਲ ਤੋਂ ਕਰਦੇ ਹਾਂ ਜੀ, ਸੁਖਬੀਰ ਵਾਂਗੂ ਡਰੱਗ ਅਤੇ ਰੇਤ ਵੇਚ ਕੇ ਨਹੀਂ ਲਈਆਂ। ਉਹਨੂੰ ਸਾੜਾ ਇਸ ਗੱਲ ਦਾ ਸੁਖਬੀਰ ਨੂੰ ਕਿ ਜਿਹੜੇ ਸਾਧਨਾਂ 'ਤੇ ਜਿਹੜੀਆਂ ਗੱਡੀਆਂ 'ਤੇ ਮੈਂ ਚੜ੍ਹਦਾ, ਸੰਗਤਾਂ ਨੇ ਇਹਨਾਂ ਨੂੰ ਕੋਈ ਲੈ ਕੇ ਦਿੱਤੀਆਂ ਨੇ, ਜਿੰਨੇ ਸੰਤ ਮਹਾਤਮਾ ਪ੍ਰਚਾਰਕ ਨੇ ਸੰਗਤਾਂ ਉਹਨਾਂ ਨੂੰ ਸਾਧਨ ਲੈ ਕੇ ਦਿੰਦੀਆਂ ਨੇ। ਸਾਡੇ ਕੋਲ ਜੋ ਵੀ ਹੈ, ਮੇਰੇ ਜਿਹੜੇ ਤਨ 'ਤੇ ਕੱਪੜੇ ਪਾਵੇ, ਇਹ ਵੀ ਮੇਰੀ ਕੌਮ ਨੇ, ਮੇਰੇ ਪੰਥ ਨੇ, ਸੰਗਤਾਂ ਨੇ ਦਿੱਤੇ। ਇਸ ਵਕਤ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਆਇਆ, ਅਕਾਲੀ ਕਾਂਗਰਸ ਇੱਕ ਦੂਜੇ ਖਿਲਾਫ਼ ਵਾਅਦੇ ਕਰਨ, ਇਲਜ਼ਾਮ ਲਾਉਣ, ਪਰ ਤੁਸੀਂ ਇੱਕ ਧਾਰਮਿਕ ਆਗੂ, ਇਸ ਵਕਤ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਬਿਕਰਮ ਜੀਠੀਆ ਅਤੇ ਬਲਜੀਤ ਸਿੰਘ ਦਾਦੂਵਾਲ ਦਾ ਨਾਂ ਬਹੁਤ ਛਾਇਆ ਹੋਇਆ ਹੈ, ਤੁਹਾਡੇ ਪੁਤਲੇ ਵੀ ਫੂਕੇ ਗਏ, ਕੀ ਕਾਰਨ ਬਣਿਆ? ਦੇਖੋ, ਸੌਦਾ ਸਾਧ ਦੇ ਪੈਰੋਕਾਰ ਨੇ ਬਿਕਰਮ ਮਜੀਠੀਆ ਅਤੇ ਸੁਖਬੀਰ ਬਾਦਲ, ਉਹਨਾਂ ਤੋਂ ਵੋਟਾਂ ਲਈਆਂ ਇਹਨਾਂ ਨੇ। ਮੈਂ ਉਹਦੇ ਦੇ ਖਿਲਾਫ਼ ਲੜਿਆ 1997 ਤੋਂ ਲੈ ਕੇ 2017 ਤੱਕ, 20 ਸਾਲ ਮੈਂ ਝੂਠੇ ਸੌਦੇ ਸਰਸੇ ਵਾਲੇ ਦੇ ਖਿਲਾਫ਼ ਲੜਿਆ, ਮੁਕੱਦਮੇ ਜੇਲ੍ਹਾਂ ਕੱਟੀਆਂ, ਬਾਦਲਾਂ ਨੇ ਮੈਨੂੰ ਫੜ ਜੇਲ੍ਹਾਂ 'ਚ ਮੁਕੱਦਮੇ, ਅੱਜ ਵੀ ਭੁਗਤ ਰਿਹਾ। ਮੈਂ 20 ਸਾਲ ਲੜਿਆ ਅਤੇ 20 ਸਾਲਾਂ ਲਈ ਗੁਰੂ ਦੀ ਕਿਰਪਾ ਨਾਲ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿੱਤਾ ਸੌਦਾ ਸਾਧ ਨੂੰ। ਕੀ ਕਾਰਨ ਸੀ? 57 ਜਵਾਨਾਂ ਵੀ ਤੁਹਾਡੀਆਂ ਥਾਣਿਆਂ ਵਿੱਚੋਂ ਨਹੀਂ ਹੋਈਆਂ? ਬਿਲਕੁਲ ਇਹੀ ਕਾਰਨ ਸੀ ਕਿ ਉਹ ਸੌਦੇ ਸਾਧ ਦੇ ਪੈਰੋਕਾਰ ਨੇ ਬਾਦਲ ਕੇ ਅੱਜ ਵੀ ਉਹਦੇ ਨਾਲ ਯਾਰੀ ਨਿਭਾ ਰਹੇ। ਦੇਖੋ, ਸਰੇਆਮ ਦੋਸ਼ੀ ਸਿੱਧ ਹੋ ਗਏ ਬਰਗਾੜੀ ਦੇ ਵੀ ਸੌਦਾ ਸਾਧ ਉਹਦੇ ਪੈਰੋਕਾਰ, ਪਰ ਬਾਦਲਾਂ ਦੀ ਜ਼ਬਾਨ ਨਹੀਂ ਖੁੱਲ੍ਹੀ, ਲੌਂਗੋਵਾਲ ਗੁਰਬਚਨ ਸਿੰਘ ਕਿਸੇ ਦੀ ਜ਼ਬਾਨ ਖੁੱਲ੍ਹੀ ਉਹਨਾਂ ਦੇ ਖਿਲਾਫ਼। ਇਸੇ ਕਰਕੇ ਮੇਰਾ ਵਿਰੋਧ ਕਰਦੇ ਸੀ, ਮੇਰੇ ਨਾਲ ਧੱਕੇਸ਼ਾਹੀ, ਬੇਇਨਸਾਫ਼ੀ, ਇਸੇ ਕਰਕੇ ਮੇਰੇ ਪੁਤਲੇ ਫੂਕ ਰਹੇ ਆ, ਇਸੇ ਕਰਕੇ। ਪਰ ਮੈਂ ਕਿਹਾ, ਪੁਤਲੇ ਫੂਕਣ ਦੀ ਜਿੰਨੀਆਂ ਤੁਸੀਂ ਇਲਜ਼ਾਮਬਾਜ਼ੀ ਕਰਦੇ, ਇੱਕ ਵੀ ਸਿੱਧ ਕਰ ਦਿਉ। ਮੈਂ ਬਰਗਾੜੀ ਦੀ ਦਾਣਾ ਮੰਡੀ 'ਚ ਬੈਠਾ, ਮੈਨੂੰ ਤੇਲ ਪਾ ਕੇ ਸਾੜਦੇ ਪੰਥ ਮੇਰਾ, ਅਤੇ ਜੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ, ਸਿੱਧ ਨਹੀਂ ਕਰ ਪਾਉਂਦੇ, ਤਾਂ ਪੰਥ ਅਤੇ ਪੰਜਾਬ ਦੇ ਲੋਕ ਇਹਨਾਂ ਨੂੰ ਵਿਧਾਨ ਸਭਾ ਦੇ ਬਾਹਰ ਤੇਲ ਪਾ ਕੇ ਸਾੜ ਦੇਣ, ਜੋ ਇਹ ਝੂਠ ਬੋਲ ਰਹੇ ਆ, ਗੁੰਮਰਾਹ ਕੁੰਨ ਪ੍ਰਚਾਰ ਕਰ ਰਹੇ। ਮੇਰੇ ਨਾਲ ਇਹਨਾਂ ਦਾ ਸਿਰਫ ਰੰਜਿਸ਼ ਇਹ ਆ ਕਿ ਮੈਂ ਇਹਨਾਂ ਦੇ, ਜਿਹੜਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸੌਦਾ ਸਾਧ ਪਿਤਾ ਜੀ ਬਣਾਇਆ, ਮੈਂ ਇਹਨਾਂ ਦੇ ਪਿਤਾ ਜੀ ਦੇ ਖਿਲਾਫ਼ ਲੜਦਾ, ਜਿਹੜਾ ਅੱਜ ਸੁਨਾਰੀਆ ਜੇਲ੍ਹ 'ਚ ਬੈਠਾ। ਇਸ ਕਾਰਨ ਕਰਕੇ ਮੇਰੇ ਪੁਤਲੇ ਫੂਕਦੇ, ਮੈਨੂੰ ਜਾਨੋਂ ਮਾਰਨ ਦੀਆਂ ਸਾਜ਼ਿਸ਼ਾਂ ਬਣਾਈਆਂ ਇਹਨਾਂ ਨੇ। ਆ ਜਿਹੜੀ SIT ਦੀ ਰਿਪੋਰਟ ਹੈ,
ਉਹਦੇ ਵਿੱਚ ਬਕਾਇਦਾ ਲਿਖਿਆ ਕਿ ਦਾਦੂਵਾਲ ਨੂੰ ਕਤਲ ਕਰਨ ਲਈ ਜਿਹੜਾ ਡੇਰੇ ਨੇ ਪੈਸੇ ਦਿੱਤੇ, ਹਥਿਆਰ ਦਿੱਤੇ, ਅਤੇ ਜਿਹੜੇ ਉਹ ਦੋਸ਼ੀਆਂ ਦੇ ਲਾਇਸੈਂਸ ਸੀਗੇ ਸਰਕਾਰੀ ਅਸਲਾ ਲਾਇਸੈਂਸ, ਉਹ ਸੁਖਬੀਰ ਬਾਦਲ ਦੀ ਸਿਫਾਰਿਸ਼ 'ਤੇ ਬਣੇ, ਪਰ ਇਹ ਕਾਮਯਾਬ ਨਹੀਂ ਹੋ ਸਕੇ। ਇਹ ਹੁਣ ਵੀ ਮੈਨੂੰ ਖਤਮ ਕਰਨਾ ਚਾਹੁੰਦੇ ਆ। ਤੁਸੀਂ ਕਾਂਗਰਸ ਸਰਕਾਰ ਕੋਲ ਆਪਣੀਆਂ ਮੰਗਾਂ ਰੱਖੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਮੰਗਾਂ ਮੰਨੀਆਂ, ਚੰਡੀਗੜ੍ਹ ਬੈਠੇ ਨੇ, ਉਹ ਕਹਿ ਰਹੇ ਅੱਜ ਵੀ ਮੈਂ ਦੋਸ਼ੀਆਂ ਨੂੰ ਛੱਡਾਂਗਾ ਨਹੀਂ, ਦੋਸ਼ੀਆਂ ਨੂੰ ਬਖਸ਼ਾਂਗਾ ਨਹੀਂ, ਸਖ਼ਤ ਸਜ਼ਾਵਾਂ ਦੇਵਾਂਗਾ। ਕੀ ਤੁਹਾਡਾ ਮੋਰਚਾ ਮੰਗਾਂ ਮੰਨਣ ਤੱਕ ਸੀਮਤ ਆ ਕਿ ਦੋਸ਼ੀਆਂ 'ਤੇ ਕਾਰਵਾਈ ਕਰਨ ਤੱਕ ਮੋਰਚਾ ਚੱਲੇਗਾ? ਮੈਂ ਇਹ ਸਮਝੂੰਗਾ ਵੀ ਸਾਡਾ ਅੱਧ ਵਿਚਾਲਾ ਜਿਹਾ ਕੀਤਾ ਹੋਇਆ ਸਰਕਾਰ ਨੇ, ਨਾ ਕੱਚਾ ਭੁੰਨਾ ਜਿਹਾ ਜਿਵੇਂ ਕਹਿ ਦਿੰਦੇ ਆ ਉਹ ਕੀਤਾ ਹੋਇਆ, ਅੱਧੀਆਂ ਕੁ ਮੰਗਾਂ ਵੱਲ ਧਿਆਨ ਦੇ ਦਿੱਤਾ, ਅੱਧੀਆਂ ਅਜੇ ਮੰਨੀਆਂ ਨਹੀਂ। ਅਸੀਂ ਇਹ ਤਿੰਨ ਮੰਗਾਂ ਨੇ ਕਾਨੂੰਨ ਮੰਗਾਂ ਨੇ, ਅਸੀਂ ਮੋਰਚਾ ਲਾਇਆ ਵੀ ਇਹਨਾਂ ਨੂੰ ਮੰਨੋ ਅਤੇ ਅਸੀਂ ਸਫਲਤਾ ਦੇ ਨਾਲ ਇਹ ਮੋਰਚਾ ਸਮਾਪਤ ਕਰਾਂਗੇ। ਔਰ ਇਸ ਤੁਹਾਡਾ ਸਾਰਿਆਂ ਦਾ ਸਭ ਦਾ ਹੈ, ਇਹ ਇਕੱਲਾ ਸਾਡਾ ਨਹੀਂ ਹੈ, ਸਾਡਾ ਕੋਈ ਨਿੱਜੀ ਹਿੱਤ ਨਹੀਂ ਹੈ ਇਹਦੇ ਵਿੱਚ। ਇੱਥੇ ਸਾਰੀ ਕੌਮ ਦਾ, ਸਾਰੇ ਇਨਸਾਫ ਪਸੰਦ ਲੋਕਾਂ ਦਾ, ਸਮੂਹ ਧਰਮਾਂ ਦੇ ਆਸਥਾਵਾਨ ਲੋਕਾਂ ਦਾ ਇਹ ਮਸਲਾ ਵੀ ਕੈਪਟਨ ਅਮਰਿੰਦਰ ਸਿੰਘ ਮੰਨੇ ਬਰਗਾੜੀ ਦੇ ਦੋਸ਼ੀ ਜਿਹੜੇ, ਉਹਨਾਂ ਨੂੰ ਜਨਤਕ ਕਰੇ, ਆਫੀਸ਼ਲੀ ਤੌਰ 'ਤੇ ਐਲਾਨ ਕਰੇ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ, ਇਹ ਇੱਦਾਂ ਫੜੇ ਗਏ ਆ, ਇਹਨਾਂ ਨੇ ਉਹ ਸਾਰਾ ਕੁਛ ਜਿਹੜਾ ਉਹ ਮੰਨ ਲਿਆ। ਅਤੇ ਦੂਸਰਾ ਜਿਹੜਾ ਬਰਗਾੜੀ ਵਾਲਾ, ਬਹਿਬਲ ਵਾਲਾ, ਬਹਿਬਲ ਦੇ ਜਿਹੜੇ ਦੋਸ਼ੀ ਨੇ, ਚਾਰ ਪੁਲਿਸ ਮੁਲਾਜ਼ਮਾਂ 'ਤੇ ਮੁਕੱਦਮਾ ਦਰਜ ਕਰਤਾ, ਗ੍ਰਿਫਤਾਰੀ ਉਹਨਾਂ ਦੀ ਪਾਈ ਨਹੀਂ, ਅਤੇ ਜਿਨ੍ਹਾਂ ਨੇ ਹੁਕਮ ਦਿੱਤਾ ਉਹਨਾਂ ਦਾ ਅਜੇ ਕਿਤੇ ਨਾਂ 'ਤੇ ਨਹੀਂ। ਕੋਟਕਪੂਰਾ ਕਾਂਡ ਆ, ਰੋਜ਼ ਰਾਮਚੇ 'ਚ ਨਾਂ ਪਾਏ ਆ, FIR ਕੱਟ ਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ। ਬੰਦੀ ਸਿੰਘ ਆ, ਇੱਕ ਦੀ ਰਿਹਾਈ ਵਾਸਤੇ ਚਿੱਠੀ ਲਿਖੀ, ਇੱਕ ਦੀ ਜੇਲ੍ਹ ਤਬਦੀਲੀ ਵਾਸਤੇ, ਜੇਲ੍ਹ ਤਬਦੀਲੀ ਵਾਲੀ ਤਾਂ ਸ਼ਾਇਦ ਉਹਦੇ 'ਤੇ ਵਰਕ ਹੋ ਗਿਆ, ਅੱਜ ਹੀ ਅਖਬਾਰਾਂ 'ਚ ਛਪਿਆ ਕਿ ਜੈਪੁਰ ਜੇਲ੍ਹ 'ਚੋਂ ਪੰਜਾਬ ਸ਼ਿਫਟ ਹੋਣਗੇ ਭਾਈ ਹਰਨੇਕ ਸਿੰਘ, ਜਿਹੜੇ ਰਾਜਸਥਾਨ ਸਰਕਾਰ ਨੇ ਮੰਨ ਲਈ ਆ। ਅਤੇ ਜਿਹੜੀ ਖੈੜਾ ਦੀ ਰਿਹਾਈ ਵਾਸਤੇ ਕਰਨਾਟਕ ਜੇਲ੍ਹ ਨੂੰ ਮੁੱਖ ਮੰਤਰੀ ਨੂੰ ਲਿਖੀ ਸਰਕਾਰ ਨੂੰ, ਉਹਦੇ 'ਤੇ ਅਜੇ ਕੀ ਹੋਇਆ? ਬਾਕੀ ਸਿੰਘ ਜਿਹੜੇ ਸਾਡੇ ਬੰਦੀ ਆ, ਜਿਹੜੀਆਂ ਜੇਲ੍ਹ ਪਰੋਲਾਂ ਦਾ ਮਸਲਾ, ਜੇਲ੍ਹ ਤਬਦੀਲੀਆਂ ਦਾ ਮਸਲਾ, ਰਿਹਾਈਆਂ ਦਾ ਮਸਲਾ, ਉਹ ਸਾਰਾ ਅੱਧ ਵਿਚਾਲੇ ਆ। ਸੋ ਸਰਕਾਰ ਨੇ ਅਜੇ ਪੂਰਨ ਤੌਰ 'ਤੇ ਮੰਗਾਂ ਨਹੀਂ ਮੰਨੀਆਂ, ਅੱਧ ਵਿਚਾਲਾ ਜਿਹਾ ਕੀਤਾ, ਉਹ ਵੀ ਇਸ ਮੋਰਚੇ ਦੇ ਦਬਾਅ ਕਰਕੇ। ਜੇ ਮੋਰਚਾ ਲੱਗਾ, ਜੇ ਅੱਜ ਅਸੀਂ ਮੋਰਚਾ ਚੱਕ ਲਈਏ ਤਾਂ ਸਰਕਾਰ ਦੀ ਸਿਰਦਰਦੀ ਖਤਮ ਹੋ ਜਾਂਦੀ ਆ, ਔਰ ਇਹ ਮੋਰਚਾ ਵੀ ਪੂਰਅਮਨ ਸ਼ਾਂਤਮਈ ਤਰੀਕੇ ਨਾਲ, ਸਰਕਾਰ ਆ ਕੇ ਮੰਗਾਂ ਮੰਨਣ ਦਾ ਐਲਾਨ ਕਰ ਦੇਵੇ ਤਾਂ ਮੋਰਚਾ ਖਤਮ ਹੋ ਜਾਵੇ? ਦੇਖੋ, ਐਲਾਨ ਤਾਂ ਦੋ ਤਿੰਨ ਵਾਰੀ ਸਾਡੇ ਕੋਲ ਆ ਚੁੱਕੇ ਆ, ਇਹ ਕਰਨ ਵਾਸਤੇ ਵੀ ਅਸੀਂ ਮੰਨ ਲਵਾਂਗੇ ਜੀ, ਕਰ ਦੇਵਾਂਗੇ ਜੀ। ਅਸੀਂ ਕਿਹਾ ਕਰ ਦੇਵਾਂਗੇ ਨਹੀਂ, ਮੰਨ ਲਵਾਂਗੇ ਨਹੀਂ, ਅਸੀਂ ਝੂਠੇ ਵਾਅਦਿਆਂ ਦੇ ਨਾਲ ਇਹ ਮੋਰਚਾ ਨਹੀਂ ਚੱਕਣਾ। ਮੰਨ ਲਓ, ਕਰ ਦਿਓ, ਦੱਸ ਦਿਓ ਵੀ ਆਹ ਕਰ ਦਿੱਤਾ, ਸਾਰਾ ਦੁਨੀਆ ਦੇ ਸਾਹਮਣੇ ਆ ਜੇ। ਸਾਨੂੰ ਕੋਈ ਇੱਥੇ ਸ਼ੌਂਕ ਨਹੀਂ ਹੈ ਬੈਠਣ ਦਾ, ਅੱਤ ਦੀ ਗਰਮੀ 'ਚ ਅਸੀਂ ਬੈਠੇ ਇੱਕ ਜੂਨ ਨੂੰ, ਅੱਤ ਦੀ ਗਰਮੀ, ਹਨੇਰੀ, ਝੱਖੜ, ਬਾਰਿਸ਼ਾਂ, ਸਾਰਾ ਕੁਝ ਇੱਥੇ ਹੰਢਾਇਆ ਸੰਗਤਾਂ ਨੇ। ਬਰਗਾੜੀ ਦੀ ਦਾਣਾ ਮੰਡੀ, ਐਡਾ ਵੱਡਾ ਝੱਖੜ ਆਇਆ ਸੀ ਕਿ ਜਿਹੜੀਆਂ ਸੰਗਤ ਦੀਆਂ ਦਰੀਆਂ ਅਤੇ ਗੱਦੇ ਸੀ ਉਹ ਵੀ ਪਿੰਡ 'ਚੋਂ ਇਕੱਠੇ ਕਰਕੇ ਲਿਆਉਂਦੇ ਸੀ ਸਵੇਰ ਨੂੰ, ਔਰ ਬਾਰਿਸ਼ ਦੇ ਨਾਲ ਵੀ ਚਾਰ ਸਫੇਰਾ ਭਰ ਗਿਆ ਮੰਡੀ 'ਚ। ਪਰ ਸੰਗਤਾਂ ਦਾ ਸਿਰੜ ਆ, ਇਨਸਾਫ ਵਾਸਤੇ ਅਸੀਂ ਇੱਥੇ ਬੈਠੇ ਹਾਂ, ਗੁਰੂ ਗ੍ਰੰਥ ਪੰਥ ਦਾ ਆਸ਼ੀਰਵਾਦ ਆ, ਸਹਿਯੋਗ ਆ, ਕਾਫਲੇ ਬਨ ਬਨ ਸੰਗਤਾਂ ਆ ਰਹੀਆਂ, ਅਸੀਂ ਝੂਠੇ ਵਾਅਦਿਆਂ 'ਤੇ ਮੋਰਚਾ ਨਹੀਂ। ਸਰਕਾਰ ਮੰਨਾਂ ਮੰਗਾਂ ਮੰਨ ਲਵੇ ਜਾਂ ਸਾਨੂੰ ਦੱਸ ਦੇ ਵੀ ਆਹ ਤੁਹਾਡੀ ਮੰਗ ਗੈਰ ਕਾਨੂੰਨੀ ਆ। ਤੁਸੀਂ 7 ਅਕਤੂਬਰ ਨੂੰ ਇਨਸਾਫ ਮਾਰਚ ਕੱਢ ਰਹੇ ਹੋ, ਦੂਜੇ ਪਾਸੇ ਮੌਕੇ ਦੀ ਸਰਕਾਰ ਰੈਲੀਆਂ ਕਰ ਰਹੀ ਹੈ। ਦੇਖੋ, ਜਿਹੜਾ ਮੋਰਚੇ ਨੂੰ ਫੇਲ ਕਰਨ ਦੇ ਵਿੱਚ ਸਾਡਾ ਮੋਰਚਾ ਤਾਂ ਲੱਗਾ ਹੋਇਆ, ਇਨਸਾਫ ਮਾਰਚ ਕਰ ਰਹੀਆਂ ਨੇ ਪੰਜਾਬ ਦੀਆਂ ਅਕਾਲੀ BJP ਅਤੇ ਇਹਨੂੰ ਆਪਣਾ ਕਾਂਗਰਸ ਨੂੰ ਛੱਡ ਕੇ ਬਾਕੀ ਜਥੇਬੰਦੀਆਂ ਜਿੰਨੀਆਂ ਨੇ, ਜਿਵੇਂ ਆਮ ਆਦਮੀ ਪਾਰਟੀ ਪੰਜਾਬ ਆ, ਬਹੁਜਨ ਸਮਾਜ ਪਾਰਟੀ ਆ, ਲੋਕ ਇਨਸਾਫ ਪਾਰਟੀ ਆ, ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਯੂਨਾਈਟਡ ਅਕਾਲੀ ਦਲ ਆ, ਸੁਤੰਤਰ ਅਕਾਲੀ ਦਲ ਆ, ਦਲ ਖਾਲਸਾ ਵਾ, ਔਰ ਇਸੇ ਤਰ੍ਹਾਂ ਅਕਾਲੀ ਦਲ 1920 ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆ, ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਆ, ਇਹ ਜਿੰਨੀਆਂ ਜਥੇਬੰਦੀਆਂ ਇਹ ਮਾਰਚ ਲੈ ਕੇ ਕੋਟਕਪੂਰੇ ਤੋਂ ਸਾਡੇ ਕੋਲ ਬਰਗਾੜੀ ਦੀ ਧਰਤੀ 'ਤੇ ਆ ਰਹੀਆਂ ਨੇ, ਬਹਿਬਲ ਸਰਾਵਾਂ ਪਿੰਡਾਂ ਦੇ ਵਿੱਚ ਦੀ। ਹੁਣ ਇਹ ਜਿਹੜਾ ਹੈਗਾ, ਇਹ ਪਹਿਲਾਂ ਅਨਾਊਂਸ ਹੋਇਆ ਸੀ 7 ਅਕਤੂਬਰ, ਪਰ ਸਰਕਾਰ ਨੇ ਇਹਨੂੰ ਫੇਲ ਕਰਨ ਵਾਸਤੇ ਇੱਕ ਪਾਸੇ ਬਾਦਲ ਨੇ ਪਟਿਆਲੇ ਰੈਲੀ ਰੱਖਤੀ, ਕੈਪਟਨ ਨੇ ਲੰਬੀ ਰੱਖਤੀ। ਇਹ ਰੈਲੀ ਜਿਹੜਾ ਮੈਚ ਆ ਨਾ, ਇਹ ਦੋਸਤਾਨਾ ਮੈਚ, ਇਹ ਸਿਰਫ ਇੱਥੋਂ ਧਿਆਨ ਨੂੰ ਪਾਸੇ, ਮੈਂ ਪਹਿਲਾਂ ਕਹਿ ਚੁੱਕਿਆ, ਧਿਆਨ ਡਾਈਵਰਟ ਕਰਨ ਮੋਰਚੇ ਨੂੰ ਫੇਲ ਕਰਨ ਵਾਸਤੇ, ਪਰ ਇਹ ਗੁਰੂ ਦਾ ਮੋਰਚਾ, ਪੰਥ ਦਾ ਮੋਰਚਾ, ਇਹਨੂੰ ਕੋਈ ਫੇਲ ਨਹੀਂ ਕਰ ਸਕਦਾ। ਇਹ ਪੂਰਵਿਡ ਤਰੀਕੇ ਦੇ ਨਾਲ ਚੱਲ ਰਿਹਾ, ਸ਼ਾਂਤਮਈ ਤਰੀਕੇ ਦੇ ਨਾਲ। ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ, ਭਾਈਚਾਰੇ ਦੇ ਖਿਲਾਫ਼ ਨਹੀਂ, ਅਸੀਂ ਤਾਂ ਬੇਇਨਸਾਫ਼ੀ, ਜਬਰ, ਜ਼ੁਲਮ, ਧੱਕੇਸ਼ਾਹੀ ਦੇ ਖਿਲਾਫ਼ ਹਾਂ। ਤੁਹਾਨੂੰ ਕੈਪਟਨ ਸਰਕਾਰ 'ਤੇ ਕੋਈ ਆਸ ਹੈ? ਆਸ ਤਾਂ ਹਮੇਸ਼ਾ ਰੱਖੀ ਹੈ ਜੀ, ਅਸੀਂ ਤਾਂ ਬਾਦਲਾਂ 'ਤੇ ਵੀ ਰੱਖੀ ਜਦੋਂ ਬਾਦਲ ਸਰਕਾਰ ਸੀਗੀ। ਇਨਸਾਫ਼ ਦਿਓ, ਸਿੱਖ ਆਸਵੰਦ ਆ, ਆਸ ਦੇ ਨਾਲ ਹੀ ਸਾਰਾ ਕੁਛ ਹੁੰਦਾ। ਹਾਂ, ਸਾਨੂੰ ਆਸ ਜ਼ਰੂਰ ਆ, ਭਰੋਸਾ ਨਹੀਂ। ਭਰੋਸਾ ਸਾਨੂੰ ਪਰਮਾਤਮਾ 'ਤੇ ਆ, ਅਸੀਂ ਭਰੋਸਾ ਆਪਣੇ ਗੁਰੂ 'ਤੇ ਕਰਦੇ, ਅਕਾਲ ਪੁਰਖ ਪਰਮਾਤਮਾ 'ਤੇ ਕਰਦੇ ਹਾਂ। ਆਸ ਇਹਨਾਂ 'ਤੇ ਆ ਜਿਹੜੀਆਂ ਮੌਕੇ ਦੀਆਂ ਸਰਕਾਰਾਂ, ਜਿਹੜੀ ਸੱਤਾ ਲੈ ਕੇ, ਜਿਨ੍ਹਾਂ ਨੂੰ ਸੱਤਾ ਦਿੱਤੀ ਹੈ, ਜਿਨ੍ਹਾਂ ਨੂੰ ਵੋਟਾਂ ਪਾ ਕੇ ਲੋਕਾਂ ਨੂੰ ਚੁਣਿਆ ਵਾ। ਕਿਉਂਕਿ ਸਿੱਖ ਕੌਮ ਵੱਲੋਂ ਸਰਕਾਰਾਂ ਨਾਲ ਮੱਥਾ ਲਾਇਆ, ਜੇਕਰ 1984 ਦੀ ਵੀ ਗੱਲ ਕਰੀਏ, ਕਿੰਨੇ ਸਾਲ, ਕਿੰਨੇ ਦਹਾਕੇ ਹੋ ਗਏ, ਅਜੇ ਤੱਕ ਵੀ ਦਿੱਲੀ ਦੇ ਵਿੱਚ
ਕੇਸ ਦੱਬੇ ਹੋਏ ਆ। ਦੇਖੋ ਕਾਂਗਰਸ ਨੇ ਕਤਲੇਆਮ ਕੀਤਾ, ਇੰਦਰਾ ਨੇ, ਰਾਜੀਵ ਗਾਂਧੀ ਨੇ ਦਿੱਲੀ ਦੇ ਅੰਦਰ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਇਹਦੀ, ਪਰ ਇਨਸਾਫ ਅੱਜ ਤੱਕ ਨਹੀਂ। ਪਰ ਆਸਵੰਦ ਆ, ਅੱਜ ਵੀ ਸਾਡੇ ਕਿੰਨੇ ਵਕੀਲ ਜਿਹੜੇ ਕੇਸ, ਕਿੰਨੇ ਸਿੱਖ ਆ ਉੱਥੇ ਦਿੱਲੀ ਦੇ ਵਿੱਚ ਲੜ ਰਹੇ ਆ ਇਨਸਾਫ ਵਾਸਤੇ, ਔਰ ਇਨਸਾਫ ਲਈ ਹਮੇਸ਼ਾ ਆਸਵੰਦ ਆ। ਅਸੀਂ ਤਾਂ 1984 ਦੇ ਇਨਸਾਫ ਦੀ ਆਸ ਰੱਖੀ ਬੈਠੇ, ਤਾਂ 3 ਸਾਲਾਂ ਦੀ ਗੱਲ ਆ। ਸਰਕਾਰ ਨੇ ਇਨਸਾਫ ਦੇਣਾ ਕਿ ਨਹੀਂ ਦੇਣਾ, ਇਹ ਉਹਦੀ ਨੀਅਤ 'ਤੇ ਜਿਹੜਾ ਹੈਗਾ ਉਹ ਕੰਮ ਕਰਦਾ ਵਾ, ਨੀਅਤ 'ਤੇ ਡਿਪੈਂਡ ਆ। ਪਰ ਅਸੀਂ ਆਸਵੰਦ ਆ ਕਿ ਸਰਕਾਰ ਇਹਦਾ ਇਨਸਾਫ ਕਰੇ। ਹੁਣ ਤਾਂ ਜਾਂਚ ਕਮਿਸ਼ਨ ਦੀ ਰਿਪੋਰਟ ਵੀ ਸਬਮਿਟ ਹੋ ਗਈ, ਵਿਧਾਨ ਸਭਾ 'ਚ ਜਨਤਕ ਵੀ ਹੋ ਗਈ, ਉੱਤੇ ਬਹਿਸ ਵੀ ਹੋ ਗਈ, ਸਾਰਾ ਕੁਝ ਸਾਹਮਣੇ ਆ ਗਿਆ। SIT ਵੀ ਬਣਾਤੀ ਸਰਕਾਰ ਨੇ, ਪਰ ਦੋਸ਼ੀ ਕਦੋਂ ਫੜ ਕੇ ਜੇਲ੍ਹਾਂ 'ਚ ਡੱਕਣੇ ਆ ਅਤੇ ਵਿਦੋਸ਼ੇ ਕਦੋਂ ਰਿਹਾਅ ਕਰਨੇ, ਇਹ ਸਰਕਾਰ ਨੇ ਕਰਨੇ। ਉਹ ਸੈਂਟਰ ਸਰਕਾਰ, ਪੰਜਾਬ ਸਰਕਾਰ, ਇਹ ਜਿਹੜਾ ਹੈਗਾ ਕੰਮ ਕਰੇ। ਕਾਨੂੰਨੀ ਆ, ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਜਿਹੜੇ ਲੋਕ ਸੰਵਿਧਾਨ ਅਤੇ ਕਾਨੂੰਨ ਦੀਆਂ ਸਹੁੰਆਂ ਖਾ ਕੇ ਕੁਰਸੀਆਂ 'ਤੇ ਬਹਿੰਦੇ ਆ, ਚਾਹੇ ਉਹ ਅਫਸਰ ਆ ਚਾਹੇ ਉਹ ਮੰਤਰੀ ਸੰਤਰੀ ਆ, ਉਹਨਾਂ ਨੂੰ ਕਾਨੂੰਨ ਅਨੁਸਾਰ ਕੰਮ ਕਰਾਉਣ ਲਈ ਸਾਨੂੰ ਦਰੀਆਂ 'ਤੇ ਬਹਿਣਾ ਪੈਂਦਾ, ਲੋਕਾਂ ਨੂੰ ਇਨਸਾਫ ਮੰਗਣ ਲਈ ਸਾਨੂੰ ਸੜਕਾਂ 'ਤੇ ਬਹਿਣਾ ਪੈਂਦਾ, ਦਾਣਾ ਮੰਡੀਆਂ 'ਚ ਬਹਿਣਾ ਪੈਂਦਾ ਵੀ ਭਾਈ ਕਾਨੂੰਨ ਅਨੁਸਾਰ ਕੰਮ ਕਰੋ। ਜਿਹੜੇ ਕਾਨੂੰਨ ਦੀ, ਸੰਵਿਧਾਨ ਦੀ ਤੁਸੀਂ ਸਹੁੰ ਖਾ ਕੇ ਕੁਰਸੀ 'ਤੇ ਬੈਠੇ ਆ, ਉਹ ਸੰਵਿਧਾਨ ਨੂੰ ਮੰਨੋ, ਕਾਨੂੰਨ ਨੂੰ ਮੰਨੋ। ਆ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਆ ਧਾਰਮਿਕ ਭਾਵਨਾਵਾਂ ਦਾ ਘਾਣ ਹੋ ਰਿਹਾ, ਇਹਦੇ 'ਤੇ ਇਨਸਾਫ ਕਰੋ, ਰਾਜਨੀਤੀ ਨਾ ਕਰੋ। ਉਹ ਕੇਵਲ ਰਾਜਨੀਤੀ ਵੱਲ ਦੇਖ ਰਹੇ ਸਾਨੂੰ। ਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਦੇਖੋ SIT ਨੂੰ ਆਕਸੀਜਨ ਦਿੱਤੀ, ਉਹਨਾਂ ਦੋਸ਼ੀ ਫੜ ਲਏ, ਚੰਗਾ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ 2 ਚਿੱਠੀਆਂ, 1 ਰਾਜਸਥਾਨ ਸਰਕਾਰ, 1 ਕਰਨਾਟਕ ਸਰਕਾਰ ਨੂੰ ਲਿਖੀ, ਚੰਗਾ ਕੰਮ ਕੀਤਾ, ਅਸੀਂ ਸ਼ਲਾਘਾ ਕੀਤੀ। ਸਾਡੇ ਕਹਿਣ 'ਤੇ ਜਿਹੜਾ ਸੀਗਾ ਵੀ ਅਸੀਂ ਮੋਰਚਾ ਲਾਇਆ, ਦਬਾਅ ਬਣਾਇਆ ਸੀ, ਅਤੇ ਜਾਂਚ ਕਮਿਸ਼ਨ ਦੀ ਰਿਪੋਰਟ 30 ਜੂਨ ਨੂੰ ਸਬਮਿਟ ਹੋ ਗਈ, ਚੰਗਾ ਕੰਮ ਹੋਇਆ। ਫਿਰ ਉਹ ਵਿਧਾਨ ਸਭਾ 'ਚ ਜਨਤਕ ਹੋਈ, ਉੱਤੇ ਬਹਿਸ ਹੋਈ, ਚੰਗਾ ਕੰਮ ਹੋਇਆ, ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਪਰ ਜਿੱਥੇ ਇਨਸਾਫ ਦੇਣਾ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ 'ਤੇ ਸਾਰੀ ਗੱਲ ਆ ਗਈ ਅਤੇ ਉਹ ਪਛਾਂ ਹੋ ਗਏ। ਉਹਨਾਂ ਨੇ ਇਨਸਾਫ ਕਰਨਾ ਸੀ, ਨਾ ਕਿ ਗੱਲਾਂ ਦਾ ਕੜਾ। ਜਿਵੇਂ ਉਹ ਕਹਿੰਦੇ ਬਾਦਲ ਬੜਾ ਬੁੱਝਦਲ ਆ, ਕਾਇਰ ਆ, ਇਹ ਗੱਲਾਂ ਕਰਨ ਨੂੰ ਤਾਂ ਆਮ ਲੋਕ ਬੋਲਦਾ ਕਾਇਰ ਆ, ਡਰਪੋਕ ਆ, ਇਹ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੀ ਉਹਨਾਂ ਕੋਲ ਤਾਕਤ ਆ। ਇਸ ਵੇਲੇ ਉਹ ਮੁੱਖ ਮੰਤਰੀ ਪੰਜਾਬ ਆ, ਇਨਸਾਫ ਕਰਨ, ਲੋਕਾਂ ਨੂੰ ਇਨਸਾਫ ਦੇਣ ਦੀ ਤਾਕਤ ਆ ਉਹਨਾਂ ਕੋਲ, ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ, ਗੱਲਾਂ ਦਾ ਕੜਾ ਨਹੀਂ ਕਰਨਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਆਪਣੇ ਪੁਰਖਿਆਂ ਵੱਲ ਦੇਖਣਾ ਚਾਹੀਦਾ ਕਿ ਗੁਰੂ ਘਰ ਦੇ ਨਾਲ ਉਹਨਾਂ ਦਾ ਕਿੱਡਾ ਸੰਬੰਧ, ਗੁਰੂ ਘਰ ਨੇ ਕਿੱਡਾ ਉਹਨਾਂ 'ਤੇ ਬਖਸ਼ਾਂ, ਉਹਨਾਂ ਦਾ ਰਾਜ ਭਾਗ ਹੀ ਗੁਰੂਕਿਆਂ ਤੋਂ ਮਿਲਿਆ। 7ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੋਲ, ਗੁਰੂ ਹਰਗੋਬਿੰਦ ਸਾਹਿਬ ਕੋਲ ਉਹਨਾਂ ਦੇ ਪੁਰਖੇ ਗਏ, ਅਤੇ ਜਦੋਂ ਭਾਈ ਫੂਲ ਅਤੇ ਸੰਦਲੀ ਨੂੰ ਮਹਾਰਾਜ ਨੇ ਆਖਿਆ ਇਹ ਰਾਜ ਭਾਗ ਦੇ ਮਾਲਕੇ, ਰਿਆਸਤਾਂ ਦੇ ਰਾਜੇ ਹੋਣਗੇ ਇਹਨਾਂ ਦੀਆਂ ਵੰਸਾਂ, ਅਤੇ ਅੱਜ ਉਸ ਚੀਜ਼ ਨੂੰ ਗੁਰੂ ਦੀਆਂ ਬਖਸ਼ਾਂ ਨੂੰ ਵੇਖ ਕੇ ਇਤਿਹਾਸ ਵਿੱਚ ਇਹ ਵੀ ਬਚਨ ਮਿਲਦੇ ਆ ਕਿ ਗੁਰੂ ਨੇ ਆਖਿਆ ਮੇਰਾ ਘਰ ਸੋ ਤੇਰਾ ਘਰ ਅਸਾ ਵੀ ਆਪਣਾ ਘਰ ਦੱਸਿਆ। ਅਤੇ ਉਸ ਕੈਪਟਨ ਅਮਰਿੰਦਰ ਸਿੰਘ ਉਸ ਖਾਨਦਾਨ 'ਚ, ਉਹਨਾਂ ਨੂੰ ਚਾਹੀਦਾ ਕਿ ਉਹ ਇਨਸਾਫ ਕਰਨ, ਉਹ ਰਾਜਨੀਤੀ ਨਾ ਕਰਨ, ਡਰਾਮੇਬਾਜ਼ੀ ਨਾ ਕਰਨ, ਇਹ ਰੈਲੀ ਦਾ ਮੈਚ ਨਾ ਖੇਡਣ, ਬਾਦਲਾਂ ਨਾਲ ਦੋਸਤੀ ਨਾ ਪਗਾਉਣ। ਅਕਾਲੀ ਦਲ ਕਹਿ ਰਿਹਾ ਕਿ ਦਾਦੂਵਾਲ ਕਾਂਗਰਸ ਦੇ ਨਾਲ ਰਲ ਕੇ SGPC ਦੀਆਂ ਚੋਣਾਂ ਲੜਨ ਦੀ ਤਿਆਰੀ ਵਿੱਚ ਲੱਗੇ ਹੋਏ ਆ। ਦੇਖੋ ਇਹ ਹਮੇਸ਼ਾ ਇਹਨਾਂ ਦੇ ਥੱਲਿਓਂ ਸਿਆਸੀ ਜ਼ਮੀਨ ਖਿਸਕ ਗਈ ਆ, ਸਰਕਾਰ ਜਾਂਦੀ ਰਹੀ, ਹੁਣ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਜਾਂਦੀ ਦਿਸ ਰਹੀ ਆ। ਤਾਂ ਹੀ ਸੈਂਟਰ ਗੌਰਮੈਂਟ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਾ ਰਹੀ, ਕਿਉਂਕਿ ਬਾਦਲਾਂ ਦਾ ਆਧਾਰ ਖੁਰ ਚੁੱਕਾ ਵਾ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੱਸੋ, ਬਾਦਲਾਂ ਨੇ ਠੇਕਾ ਲਿਆ ਸ਼੍ਰੋਮਣੀ ਕਮੇਟੀ ਦਾ, ਤਖਤਾਂ ਦੇ ਪ੍ਰਬੰਧ ਦਾ, ਕਿ ਇਹਨਾਂ ਦੇ ਪਿਓ ਦਾਦੇ ਦੀ ਜਗੀਰ ਆ? ਕੋਈ ਵੀ ਸਿੱਖ ਗੁਰੂ ਦਾ ਇਲੈਕਸ਼ਨ ਲੜ ਸਕਦਾ? ਸ਼੍ਰੋਮਣੀ ਕਮੇਟੀ ਸਾਡੀ ਧਾਰਮਿਕ ਸੰਸਥਾ ਵਾ, ਸ਼੍ਰੋਮਣੀ ਕਮੇਟੀ ਦਾ ਕੋਈ ਵੀ ਸਿੱਖ ਕਿਸੇ ਜਥੇਬੰਦੀ ਨਾਲ ਸੰਬੰਧ ਰੱਖਦਾ ਹੋਵੇ ਉਹ ਇਹਦੀ ਚੋਣ ਲੜ ਸਕਦਾ? ਪਰ ਕਾਰਨ ਕੀ ਹੈ? ਸਰਕਾਰਾਂ ਤਾਂ ਬਦਲਦੀਆਂ ਰਹੀਆਂ, ਕਾਂਗਰਸ ਸਰਕਾਰ ਵੀ ਆਈ, ਪਰ SGPC ਤੇ ਬਾਦਲਾਂ ਦਾ ਹੀ ਕਬਜ਼ਾ ਰਿਹਾ ਹਮੇਸ਼ਾ। ਇਹ ਸੈਂਟਰ ਗੌਰਮੈਂਟ ਦੀ ਜਾਂ ਜਿਹੜੀਆਂ ਦੇਸ਼ ਨੂੰ ਚਲਾਉਣ ਵਾਲੀਆਂ ਏਜੰਸੀਆਂ ਨੇ, ਉਹ ਨਹੀਂ ਚਾਹੁੰਦੀਆਂ ਕਿ ਇੱਥੋਂ ਦਾ ਜਿਹੜਾ ਗੁਰੂ ਦਾ ਖਜ਼ਾਨਾ ਵਾ, ਸੰਗਤਾਂ ਦਾ ਦਸਵੰਧ ਆ, ਉਹ ਸਹੀ ਵਰਤੋਂ ਹੋਵੇ, ਪੰਥ ਅਤੇ ਪੰਜਾਬ ਦੇ ਭਲੇ ਲਈ ਲੱਗੇ, ਕੌਮ ਦੇ ਭਲੇ ਲਈ ਲੱਗੇ। ਉਹ ਚਾਹੁੰਦੇ ਇਹਦੇ 'ਤੇ ਬਾਦਲ ਕਾਬਜ਼ ਰਹਿਣ, ਅਤੇ ਇਹ ਉਸ ਖਜ਼ਾਨੇ ਜਿਹੜਾ ਅਰਬਾਂ 'ਚ 13-14 ਅਰਬ ਰੁਪਈਏ ਦਾ ਹੁਣ ਬਜਟ ਆਇਆ, ਵੀ ਇਹ ਸਾਰਾ ਖੇਹ ਖਰਾਬ ਕਰਦੇ ਰਹਿਣ, ਜਿੱਦਾਂ ਇਹ ਖੇਹ ਖਰਾਬ ਕਰਦੇ ਆ ਬਾਦਲ ਕੇ, ਵੀ ਇਸ ਤਰ੍ਹਾਂ ਖੇਹ ਖਰਾਬ ਹੁੰਦਾ ਰਹੇ। ਅਰਬਾਂ ਖਰਬਾਂ ਗੁਰੂ ਕੇ ਪੰਥ ਦਾ ਖਜ਼ਾਨਾ, ਇਹ ਪੰਥ ਦੀ ਭਲਾਈ ਵਾਸਤੇ, ਕੌਮ ਦੀ ਭਲਾਈ ਵਾਸਤੇ ਨਾ ਲੱਗੇ, ਤਾਂ ਹੀ ਉਹ ਬਾਦਲਾਂ ਨੂੰ ਕਾਬਜ਼ ਰੱਖਣਾ ਚਾਹੁੰਦੇ, ਤਾਂ ਹੀ ਹੁਣ 2 ਸਾਲ ਤੋਂ ਡਿਊ ਹੋਈਆਂ ਜਿਹੜੀਆਂ ਨੇ ਆਪਣਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੈਂਟਰ ਗੌਰਮੈਂਟ ਕਰਾ ਨਹੀਂ ਰਿਹਾ। ਪਰ ਮੈਂ ਕਹਿਣਾ ਚਾਹੁੰਦਾ, ਦੇਖੋ ਅੱਜ ਸਾਡਾ ਸਾਰਾ ਧਿਆਨ ਬਰਗਾੜੀ ਇਨਸਾਫ ਮੋਰਚੇ 'ਤੇ ਕੇਂਦਰਿਤ ਆ, ਪਰ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਆਈਆਂ, ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਸਿੱਖੀ ਦਾ ਜਿਹੜਾ ਦਿਨ ਰਾਤ ਸੇਵਾ ਕਰਦੇ ਹਾਂ, ਅਤੇ ਸਾਡਾ ਹੱਕ ਆ ਹਰ ਸਿੱਖ ਦਾ, ਜਿਹੜਾ ਤਿਆਰਬਰ ਤਿਆਰ ਅਮਰਧਾਰੀ ਸਿੱਖ ਆ, ਉਹਦਾ ਹਰ ਸਿੱਖ ਦਾ ਹੱਕ ਆ। ਅੱਜ ਇਹਨਾਂ ਨੇ ਕਾਬਜ਼ ਕੌਣ ਲੋਕ ਕੀਤੇ ਆ? 170 ਮੈਂਬਰ ਸ਼੍ਰੋਮਣੀ ਕਮੇਟੀ ਦੇ ਇਕੱਠੇ ਕਰ ਦਿਓ,
ਵਿੱਚੋਂ 10-15 ਹੋਣਗੇ ਜਿਨ੍ਹਾਂ ਨੂੰ ਪੰਜ ਬਾਣੀਆਂ ਯਾਦ ਨੇ, ਬਾਕੀ 150 ਨੂੰ ਪੰਜ ਬਾਣੀਆਂ ਨਹੀਂ ਯਾਦ, ਕਈਆਂ ਕੋਲ ਤਾਂ ਕਕਾਰ ਵੀ ਪੂਰੇ ਨਹੀਂ, ਇਹਨਾਂ ਕੋਲ ਆਪਦੇ ਕੋਲ ਨਹੀਂ ਹੈ। ਇਹ ਦੇਖੋ ਦੁਖਾਂਤ, ਦੇਖੋ ਇਹ ਕਹਿੰਦੇ ਅਸੀਂ ਪੰਥ ਦੇ ਠੇਕੇਦਾਰ ਹਾਂ, ਵਿਧਾਨ ਸਭਾ 'ਚ 117 MLA ਆ ਜੀ, ਕਾਂਗਰਸ ਦੇ MLA ਅਤੇ ਮੰਤਰੀ ਵੀ ਅੰਮ੍ਰਿਤਧਾਰੀ ਹੈਗੇ ਆ, ਲੋਕ ਇਨਸਾਫ ਪਾਰਟੀ ਦੇ ਵੀ ਅੰਮ੍ਰਿਤਧਾਰੀ, ਆਮ ਪਾਰਟੀ ਦੇ ਵੀ ਅੰਮ੍ਰਿਤਧਾਰੀ, ਇਹ ਪੰਥ ਦੇ ਠੇਕੇਦਾਰ, ਇਹਨਾਂ ਦੇ 14 MLA ਆ, ਵਿਧਾਨ ਸਭਾ 'ਚ ਇੱਕ ਵੀ ਪੰਜ ਕਕਾਰਾਂ ਵਾਲਾ ਨਹੀਂ, ਕਹਿੰਦੇ ਅਸੀਂ ਪੰਥ ਦੇ ਠੇਕੇਦਾਰ ਹਾਂ, ਇੱਕ ਵੀ ਅੰਮ੍ਰਿਤਧਾਰੀ MLA ਨਹੀਂ ਇਹਨਾਂ ਦਾ, ਨਾ ਸੁਖਬੀਰ ਬਾਦਲ ਕੋਲ ਕਕਾਰ ਆ, ਨਾ ਪ੍ਰਕਾਸ਼ ਸਿੰਘ ਬਾਦਲ ਕੋਲ ਆ। ਅਮਰ ਛਕਣ ਦਾ ਡਰਾਮਾ ਇਹਨਾਂ ਨੇ ਕੀਤਾ ਆਪਣਾ ਅਨੰਦਪੁਰ ਸਾਹਿਬ ਜਾ ਕੇ, ਕਕਾਰ ਇਹਨਾਂ ਦੇ ਦੇਖ ਲਓ, ਤੁਸੀਂ ਕਦੇ ਸੁਖਬੀਰ ਬਾਦਲ ਨੂੰ ਕਿਹਾ ਵੀ ਆਪਣੀ ਕਿਰਪਾਨ ਦਿਖਾ ਦੇ, ਕੰਘਾ ਦਿਖਾ ਦੇ ਕੇਸਾਂ 'ਚ, ਪਿੱਛੇ ਜੇ ਲੋਕਾਂ ਨੇ ਦੇਖਿਆ ਹੀ ਆ, ਭੁੱਲੀ ਖੇਡਦੇ ਜਦੋਂ ਮੂੰਹ ਸਿਰ ਰੰਗਿਆ ਸੀ, ਨਾ ਸਿਰ 'ਤੇ ਦਸਤਾਰ ਸੀਗੀ ਅਤੇ ਨਾ ਕਕਾਰ ਸੀਗੇ। ਅਤੇ ਇਹ ਇਹਨਾਂ ਲੋਕਾਂ ਦੇ ਕੋਲ ਸਾਡੇ ਗੁਰਦੁਆਰੇ ਅਤੇ ਸ਼੍ਰੋਮਣੀ ਸੰਸਥਾਵਾਂ ਸਾਡੇ ਤਖ਼ਤ ਹੋਣਗੇ, ਤਾਂ ਜਲੂਸ ਜਿੱਦਾਂ ਇਹਨਾਂ ਨੇ ਕੱਢਿਆ, ਉੱਦਾਂ ਹੀ ਜਿਵੇਂ ਇਹਨਾਂ ਨੇ ਗੁਰੂ ਕੇ ਲੰਗਰ ਰੈਲੀਆਂ 'ਚ ਰਜਾਲ ਜਾ ਕੇ ਰੋਲੇ ਆ, ਜਿਸ ਤਰੀਕੇ ਦੇ ਨਾਲ ਕਾਬਜ਼ ਹੋ ਕੇ ਸਾਡੀਆਂ ਉਹਨਾਂ ਸੰਸਥਾਵਾਂ 'ਤੇ, ਇਸ ਕਾਰਨ ਕਰਕੇ ਅਸੀਂ ਇਹਨਾਂ ਤੋਂ ਆਜ਼ਾਦ ਕਰਾਉਣਾ। ਇਹ ਭਾਈ ਲਾਲੋ ਦੇ ਵਾਰਸਾਂ ਕੋਲ ਪ੍ਰਬੰਧ ਲਿਆਉਣਾ ਚਾਹੁੰਦੇ ਹਾਂ, ਮਲਕ ਭਾਗੋ ਨਰੈਣੂ ਮਹੰਤ ਅਤੇ ਮੱਸੇ ਰੰਗੜ ਦੇ ਵਾਰਸਾਂ ਕੋਲੋਂ ਇਹ ਪ੍ਰਬੰਧ ਅਸੀਂ ਛਡਾਉਣਾ ਚਾਹੁੰਦੇ ਹਾਂ, ਜੋ ਇਹਨਾਂ ਨੇ ਕਬਜ਼ਾ ਕੀਤਾ ਸਾਡੇ ਤਖ਼ਤਾਂ 'ਤੇ, ਗੁਰਦੁਆਰਿਆਂ 'ਤੇ, ਸ਼੍ਰੋਮਣੀ ਸੰਸਥਾਵਾਂ ਦੇ ਉੱਤੇ। ਅਸੀਂ ਭਾਈ ਲਾਲੋ ਦੇ ਵਾਰਸ ਲੈ ਕੇ ਇਹਨਾਂ ਮੱਸੇ ਰੰਗੜ ਦੇ ਵਾਰਸਾਂ ਤੋਂ ਆਪਣੇ ਗੁਰਦੁਆਰੇ ਆਜ਼ਾਦ ਕਰਾਉਣਾ ਚਾਹੁੰਦੇ। ਤੁਸੀਂ SGPC ਦੇ ਜਥੇਦਾਰਾਂ ਦੀ ਕਾਰਜਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕਿਉਂਕਿ ਉਹਨਾਂ ਨੇ ਅਜੇ ਤੱਕ ਬਰਗਾੜੀ ਮੋਰਚੇ 'ਤੇ ਕੋਈ ਬਿਆਨ ਨਹੀਂ ਦਿੱਤਾ, ਅਜੇ ਤੱਕ ਚੁੱਪ ਆ। ਬਿਆਨ ਤਾਂ ਕੀ ਕਿਉਂਕਿ ਮੇਰੇ ਖਿਆਲ ਨਾਲ ਇੱਥੇ ਪਹੁੰਚੇ ਵੀ ਨਹੀਂ ਹੋਣੇ, ਨਾ ਗੁਰਬਚਨ ਸਿੰਘ ਇੱਥੇ ਆਇਆ। ਤੁਸੀਂ ਦੇਖੋ, ਇਸੇ ਕਰਕੇ ਤਾਂ ਦੁਖਾਂਤ ਪੈਦਾ ਹੋਇਆ ਕਿ ਉਹ ਸੌਦਾ ਸਾਧ ਦੇ ਹੱਕ 'ਚ ਭੁਗਤਦੇ ਆ, ਉਹ ਬਾਦਲਾਂ ਦੇ ਹੱਕ 'ਚ ਭੁਗਤਦੇ ਆ, ਗੁਰੂ ਗ੍ਰੰਥ ਪੰਥ ਦੇ ਹੱਕ 'ਚ ਨਹੀਂ ਭੁਗਤਦੇ ਜੀ। ਜੇ ਉਹ ਇੱਧਰ ਭੁਗਤਦੇ ਹੁੰਦੇ ਤਾਂ ਹਾਲਾਤ ਪੈਦਾ ਕਿਉਂ ਹੁੰਦੇ? ਉਹਨਾਂ ਨੂੰ ਤਾਂ ਹੀ 10 November 2015 ਨੂੰ ਸਰਬੱਤ ਖਾਲਸਾ ਚੱਬਾ ਦੀ ਧਰਤੀ 'ਤੇ ਖਾਰਜ ਕਰ ਦਿੱਤਾ ਸੀ। ਅੱਜ ਉਹਨਾਂ ਦੇ ਹਾਲਾਤ ਕੀ ਆ? ਉਹਨਾਂ ਕੋਲ Z-Security ਵਾਂਗੂ ਸਿਕਿਉਰਿਟੀ ਆ, ਫਿਰ ਵੀ ਸਿੱਖ ਪੰਥ ਸੰਗਤ 'ਚ ਜਾਣੋਂ ਡਰਦੇ ਆ, ਸੰਗਤ ਕਾਲੀਆਂ ਝੰਡੀਆਂ ਦਿਖਾਉਂਦੀ ਆ। ਕਦੇ ਸੁਣਿਆ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਹੋਣ, ਟਮਾਟਰ ਮਾਰੇ ਹੋਣ? ਇਹ ਗੁਰਬਚਨ ਸਿੰਘ ਨੂੰ ਮਾਰੇ ਆ ਸੰਗਤਾਂ ਨੇ, ਕਿਉਂ? ਕਿਉਂਕਿ ਇਹਨਾਂ ਨੇ ਗੁਰੂ ਗ੍ਰੰਥ ਪੰਥ ਦੇ ਹੱਕ 'ਚ ਨਹੀਂ, ਇਹਨਾਂ ਨੇ ਪੰਥ ਦੇ ਖਿਲਾਫ਼। ਗੁਰਮੁਖ ਸਿੰਘ ਦਾ ਕੀ ਹਾਲ ਹੋਇਆ ਤੁਸੀਂ ਦੇਖੋ, ਕਿਵੇਂ ਉਹਨੂੰ ਇੱਥੋਂ ਲਾਹ ਕੇ ਤਖ਼ਤ ਦਮਦਮਾ ਸਾਹਿਬ ਤੋਂ ਧਮਦਾਨ ਸਾਹਿਬ ਭੇਜਤਾ, ਉਹ ਮੁੜ ਕੇ ਇਹਨਾਂ ਦੀ ਅਧੀਨਗੀ ਕਬੂਲ ਗਿਆ, ਉਹਦੇ ਨਾਲ ਸਮਝੌਤਾ ਕਰ ਲਿਆ ਇਹਨਾਂ ਨੇ, ਅਤੇ ਮੁੜ ਕੇ ਉਹਨੂੰ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ, ਅਤੇ ਹੈੱਡ ਗ੍ਰੰਥੀ ਵੀ ਦੇਖੋ ਜਦੋਂ ਦਾ ਲਾਇਆ ਡਿਊਟੀ ਕਰਨ ਨਹੀਂ ਗਿਆ, ਕੋਠੀ ਬੈਠੇ ਨੂੰ ਤਨਖਾਹ ਮਿਲ ਰਹੀ ਆ, 10 ਸੇਵਾਦਾਰ ਲਾਏ ਆ, ਸਹੂਲਤਾਂ ਦਿੱਤੀਆਂ, ਗੁਰੂ ਕੀ ਗੋਲਕ 'ਤੇ ਬੋਝ ਪਾਏ ਆ, ਇਹਨਾਂ ਨੂੰ ਮੰਨਦਾ ਕੌਣ ਆ? ਕੌਮ ਮੰਨਦੀ ਆ? ਗੁਰਬਚਨ ਸਿੰਘ ਨੂੰ ਇੰਨੀ ਸਿਕਿਉਰਿਟੀ ਦਿੱਤੀ ਹੈ, ਇੰਨਾ ਖਜ਼ਾਨਾ ਦੇ ਰਹੇ ਗੁਰੂ ਕਾ, ਉਹ ਮੈਂ ਤਾਂ ਕਹਿੰਦਾ ਸਿੱਖ ਸੰਗਤਾਂ ਦਾ ਦਸਵੰਧ ਜਿਹੜਾ ਉਹਦੀ ਦੁਰਵਰਤੋਂ ਹੋ ਰਹੀ ਆ। ਇਹਨਾਂ ਨੇ ਨਾ ਬਰਗਾੜੀ ਬਾਰੇ, ਨਾ ਬਹਿਬਲ, ਨਾ ਲੌਂਗੋਵਾਲ ਬੋਲਿਆ, ਨਾ ਗੁਰਬਚਨ ਸਿੰਘ ਬੋਲਿਆ, ਇਹਨਾਂ ਦੇ ਹਾਲਾਤ ਕੀ ਆ ਦੇਖੋ। ਜੇ ਪੰਥ ਦੇ ਕੌਮ ਲਈ ਕਰਦੇ ਤਾਂ ਅਸੀਂ ਇਹਨਾਂ ਦਾ ਸਾਥ ਦੇਣ ਲਈ ਤਿਆਰ ਸੀ, ਕੌਮ ਸਾਥ ਦਿੰਦੀ ਇਹਨਾਂ ਦਾ, ਪਰ ਇਹ ਤਾਂ ਪੰਥ ਦੇ ਖਿਲਾਫ਼ ਭੁਗਤੇ ਆ। ਇਹ ਸਾਨੂੰ ਤਾਂ ਇਹ ਸ਼ੰਕਾ ਹੋ ਗਈ, ਇਹ ਜਥੇਦਾਰ ਪੰਥ ਦੇ ਆ ਕਿ ਸੌਦਾ ਸਾਧ ਦੇ ਆ, ਜਿਹਨੂੰ ਬਿਨ ਮੰਗੀ ਮਾਫ਼ੀ ਦੇ ਦਿੱਤੀ? ਅੱਜ ਕੇਜਰੀਵਾਲ ਦੀ ਮਾਫ਼ੀ ਦਾ ਰੌਲਾ ਪੈਂਦਾ, ਕਹਿੰਦੇ ਕੇਜਰੀਵਾਲ ਨੇ ਮਜੀਠੀਏ ਤੋਂ ਮਾਫ਼ੀ ਮੰਗ ਲਈ, ਇਹ ਰੌਲਾ ਪਾਉਂਦੇ ਆ। ਉਹ ਤਾਂ ਇੱਕ ਆਮ ਬੰਦਾ ਵਾ ਜੀ, ਉਹਨੇ ਮਾਫ਼ੀ ਮੰਗ ਲਈ। ਤੁਸੀਂ ਤਾਂ ਅਕਾਲ ਤਖ਼ਤ ਦੇ ਜਥੇਦਾਰ ਤੋਂ ਮਾਫ਼ੀ ਮੰਗਾਤੀ ਸੌਦਾ ਸਾਧ ਨੂੰ, ਤੁਸੀਂ ਤਾਂ ਉਹਦੇ ਅੱਗੇ ਝੁਕਾਤਾ ਇੱਕ ਪਖੰਡੀ ਦੇ ਅੱਗੇ। ਪਰ ਸਾਡੇ ਤਖ਼ਤ ਸਾਡੇ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਨੇ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਨਤਮਸਤ, ਅਕਾਲ ਤਖ਼ਤ ਨੂੰ ਸਮਰਪਿਤ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ। ਅਸੀਂ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਅਕਾਲੀ ਫੂਲਾ ਸਿੰਘ ਵਾਂਗ ਉੱਥੇ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਈਆਂ ਜਾਣ। ਇਹ ਗੁਰਬਚਨ ਸਿੰਘ ਹੋਣਾਂ ਦੇ ਵੱਸ ਦੀ ਗੱਲ ਨਹੀਂ, ਜਿਹੜੇ ਹੁਣ ਤਾਂ ਸਾਹਮਣੇ ਹੀ ਆ ਗਿਆ ਵੀ ਕੱਟਿਆਂ ਵੱਛਿਆਂ ਦੇ ਠੇਕੇ ਇਹਨਾਂ ਦੇ ਕੋਲ, ਬੁੱਚੜਖਾਨਿਆਂ ਨੂੰ ਜਾਨਵਰ ਸਪਲਾਈ ਕਰਨ ਦੇ ਠੇਕੇ, ਹੁਣ ਤਾਂ ਲੋਕਾਂ ਦੇ ਕਮੈਂਟ ਹੀ ਅਜੀਬ, ਉਹ ਕਹਿੰਦੇ ਅਸੀਂ ਤਾਂ ਹੈਰਾਨ ਹਾਂ, ਮੱਥੇ 'ਤੇ ਹੱਥ ਮਾਰ ਕੇ ਸਿੱਖ ਕਹਿੰਦੇ, ਕਮਾਲ ਹੋ ਗਈ ਜਦੋਂ ਦਾ ਪਤਾ ਲੱਗਿਆ ਇਹਨਾਂ ਦਾ ਸਾਰਾ ਕੁਝ, ਅਤੇ ਹੈਰਾਨ ਆ ਕਿ ਸ਼ੇਰਾਂ ਦੀ ਕੌਮ ਨੂੰ ਕੱਟਿਆਂ ਵੱਛਿਆਂ ਦੇ ਵਪਾਰੀ ਹੁਕਮਨਾਮੇ ਜਾਰੀ ਕਰਦੇ ਰਹੇ। ਸ਼ੇਰਾਂ ਦੀ ਕੌਮ ਖਾਲਸਾ ਅਤੇ ਹੁਕਮਨਾਮੇ ਜਾਰੀ ਕਰਨ ਵਾਲੇ ਕੱਟਿਆਂ ਵੱਛਿਆਂ ਦੇ ਵਪਾਰੀ, ਆ ਹੁਣ ਉਹਦੇ ਮੁੰਡੇ ਨੇ ਗੁਰਬਚਨ ਸਿੰਘ ਦੇ ਨੇ ਠੇਕੇ ਛੱਡਤੇ, ਕਹਿੰਦਾ ਘਾਟਾ ਪੈ ਗਿਆ ਕਿ ਕੱਟਿਆਂ ਵੱਛਿਆਂ ਦੇ ਐਰਕਾਂ ਠੇਕਾ ਨਹੀਂ ਲਿਆ ਉਹਨੇ। ਪਰ ਠੇਕਾ ਕਿਉਂ ਨਹੀਂ ਲਿਆ? ਕਿਉਂਕਿ ਪੰਥ ਵਿੱਚ ਜਲੂਸ ਨਿਕਲ ਗਿਆ, ਕੌਮ 'ਚ ਜਲੂਸ ਨਿਕਲ ਗਿਆ ਵੀ ਇਹ ਬੁੱਚੜਖਾਨਿਆਂ ਨੂੰ ਜਾਨਵਰ ਸਪਲਾਈ ਕਰਦੇ ਸੀ, ਕੱਟਿਆਂ ਵੱਛਿਆਂ ਦੀਆਂ ਮੰਡੀਆਂ ਦੇ ਵਿੱਚ ਠੇਕੇ ਲੈਂਦੇ ਸੀਗੇ। ਹੁਣ ਇਹ ਸਾਰਾ ਕੁਝ ਇਹਨਾਂ ਦਾ ਸੱਚ ਜਿਹੜਾ ਉਹ ਸਾਹਮਣੇ ਆ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਬਹੁਤ ਵੱਡੀ ਮੰਗ ਉਠਾਈ ਜਾ ਰਹੀ ਖਾਲਿਸਤਾਨ 'ਤੇ, ਕੀ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ? ਦੇਖੋ, ਸਿੱਖ ਰਾਜ ਸਾਡਾ ਰਿਹਾ ਇੱਥੇ 40 ਸਾਲ ਤੋਂ ਵੱਧ ਸਮਾਂ, ਲਾਹੌਰ ਦੇ ਸ਼ਾਹੀ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਰਿਹਾ, ਦਿੱਲੀ ਦੇ ਸ਼ਾਹੀ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਰਿਹਾ। ਗੁਰੂ ਨੇ ਰਾਜ ਕਰੇਗਾ ਖਾਲਸਾ ਦਾ ਸਿਧਾਂਤ ਦਿੱਤਾ, ਸਾਡੇ ਸਿੱਖ ਰਾਜ 'ਤੇ ਅੰਗਰੇਜ਼ ਆ ਕੇ ਕਾਬਜ਼ ਹੋਏ ਸੀ, ਜਾਣ ਲੱਗੇ ਦੇਣਾ ਚਾਹੁੰਦੇ ਸੀ, ਸਾਡੇ ਉਸ ਵੇਲੇ ਦੇ ਆਗੂਆਂ ਨੇ ਨਹੀਂ ਲਿਆ,
ਉਸ ਵੇਲੇ ਜਿਹੜਾ ਹੱਕ ਸੀ ਸਾਡਾ ਨਾਲ ਰਹਿਣਾ ਇੱਥੇ ਭਾਰਤ ਵਿੱਚ ਮੰਨਿਆ। ਅੱਜ ਇੱਥੇ ਦੇ ਜਿਹੜੇ ਹਾਲਾਤ ਆ ਉਹਨਾਂ ਅਨੁਸਾਰ ਦੇਖੋ ਸਿੱਖ ਰਾਜ ਸਾਡਾ ਰਿਹਾ ਅਤੇ ਸਾਡੇ ਖੂਨ ਦੇ ਵਿੱਚ ਰਾਜ ਦੀ ਤਾਂ ਹੀ ਸਾਨੂੰ ਆ ਲਤਾੜਿਆ ਦਬਾਇਆ ਗੁਰੂ ਦੀ ਬੇਅਦਬੀ ਵੀ ਰਾਜ ਭਾਗ ਦੀ ਗੱਲ ਨਾ ਕਰਨ ਇੱਧਰ ਨੂੰ ਨਾ ਤੁਰਨ। ਬਾਕੀ ਜਿਹੜੇ ਵਿਦੇਸ਼ੀ ਸਿੱਖ ਜੋ ਕਰ ਰਹੇ ਆ ਉਹਨਾਂ ਨੂੰ ਠੀਕ ਲੱਗਦਾ ਉਹ ਆਪਣੇ ਅਨੁਸਾਰ ਕੰਮ ਕਰ ਰਹੇ ਆ ਵਿਦੇਸ਼ੀ ਸਿੱਖ ਸੰਗਤਾਂ। ਇੱਥੇ ਵੀ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਦਲ ਖਾਲਸਾ ਜਥੇਬੰਦੀਆਂ ਉਹ ਕਰ ਰਹੀਆਂ ਨੇ। ਮੈਂ ਤਾਂ ਇੱਕ ਸਿੱਖੀ ਦਾ ਪ੍ਰਚਾਰਕ ਹਾਂ, ਮੈਂ ਸਿੱਖੀ ਦਾ ਪ੍ਰਚਾਰ ਕਰ ਰਿਹਾ, ਪੰਥ ਦੇ ਮੁੱਦਿਆਂ 'ਤੇ ਸੰਘਰਸ਼ ਕਰ ਰਿਹਾ। ਜਿਹੜੇ ਮੁੱਦਿਆਂ 'ਤੇ ਮੈਂ ਸੰਘਰਸ਼ ਕਰ ਰਿਹਾ, ਮੈਂ ਗਿਆਨ ਗੋਦੜੀ 'ਤੇ ਸੰਘਰਸ਼ ਕੀਤਾ ਉਹਦਾ ਸੰਘਰਸ਼ ਅੱਜ ਵੀ ਸਾਡਾ ਜਾਰੀ ਆ। ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਦਾ ਸੰਘਰਸ਼ ਅਸੀਂ ਕੀਤਾ, ਫਿਰ ਆਪਣਾ ਆ ਬਰਗਾੜੀ ਬੇਅਦਬੀ ਕਾਂਡ ਦਾ ਜਿਹੜਾ ਅਸੀਂ ਸੰਘਰਸ਼ ਲੈ ਕੇ ਚੱਲੇ ਹੋਏ ਹਾਂ। ਆਪਣੇ ਤੌਰ ਜਿਹੜੀ ਸੇਵਾਵਾਂ ਜਿੰਨੀਆਂ ਕੁ ਕਰ ਸਕਦੇ ਹਾਂ ਗੁਰੂ ਸਾਹਿਬ ਨੇ ਬਖਸ਼ੀਆਂ ਨੇ ਉਹ ਕਰ ਰਹੇ ਹਾਂ। ਰਾਧਾ ਸਵਾਮੀ ਡੇਰੇ ਬਾਰੇ ਤੁਹਾਡੀ ਬੜੀ ਨੇੜਤਾ ਦੇ ਚਰਚੇ ਹੋ ਰਹੇ ਆ, ਜਦੋਂ ਗੁਰਦੁਆਰਾ ਸਾਹਿਬ ਨੂੰ ਡੈਮੇਜ ਵੀ ਕੀਤਾ ਗਿਆ, ਤੁਸੀਂ ਬਹੁਤ ਵੱਡੇ ਪੱਧਰ 'ਤੇ ਮੰਗ ਉਠਾਈ, ਤੁਸੀਂ ਮੋਹਰਿਓ ਕੁ ਲੱਗੇ, ਉਸ ਨੂੰ ਕਿਸ ਤਰ੍ਹਾਂ ਨਿਬੇੜਿਆ ਗਿਆ ਸੀ? ਦੇਖੋ ਜਿਹੜਾ ਇੱਕ ਕਨਾਲ 14 ਮਰਲੇ ਦਾ ਉਹ ਜਗ੍ਹਾ ਦਾ ਰੌਲਾ ਸੀ, ਉਸ ਜਗ੍ਹਾ 'ਤੇ ਗੁਰਦੁਆਰੇ ਦੀ ਇਮਾਰਤ ਸੀਗੀ, ਗੁਰਦੁਆਰਾ ਸੀ, ਪੱਤੀ ਵੱਸਦੀ ਸੀ ਵੜੈਚ ਪੱਤੀ ਜੀ। ਡੇਰਾ ਬਿਆਸ ਨੂੰ ਔਰ ਸਾਰੀ ਜ਼ਮੀਨ ਉਹਨਾਂ ਨੇ ਖਰੀਦ ਲਈ, ਉਹਨਾਂ ਨੇ ਵੇਚ ਦਿੱਤੀ ਪਿੰਡ ਵਾਲਿਆਂ, ਚੀਮਾ ਪੱਤੀ ਰਹਿ ਗਈ ਵੜੈਚ ਪੱਤੀ ਵਾਲਿਆਂ। ਜਦੋਂ ਸਾਰਾ ਪਿੰਡ ਉੱਥੋਂ ਉੱਠ ਗਿਆ ਅਤੇ ਹੁਣ ਗੁਰਦੁਆਰੇ ਦੀ ਜਿਹੜੀ ਇਮਾਰਤ ਸੀ ਮਹਾਰਾਜ ਦਾ ਸਰੂਪ ਉਹ ਲੈ ਗਏ, ਇਨਸਾਨ ਸਾਹਿਬ ਲੈ ਗਏ, ਅਤੇ ਜਿਹੜੀ ਇਮਾਰਤ ਸੀ ਉਹ ਉਹਨਾਂ ਨੇ ਉਹ ਵੀ ਉਹਨਾਂ ਨੂੰ ਵੇਚ ਦਿੱਤੀ। ਸ਼ਾਇਦ 10 ਲੱਖ ਰੁਪਇਆ ਪੰਚਾਇਤ ਨੇ ਲੈ ਲਿਆ ਵੜੈਚ ਪੱਤੀ ਨੇ। ਪਰ ਉੱਥੇ ਜਥੇਬੰਦੀਆਂ ਮਸਲਾ ਉਠਾਇਆ ਵੀ ਇਹਨਾਂ ਨੇ ਗੁਰਦੁਆਰਾ ਢਾਇਆ ਜੀ। ਭਾਈ ਅਮਰੀਕ ਸਿੰਘ ਅਜਨਾਲਾ, ਦਮਦਮੀ ਟਕਸਾਲ ਅਜਨਾਲਾ, ਅੱਜ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਅਤੇ ਭਾਈ ਬਲਵੀਰ ਸਿੰਘ ਮੁੱਛਲ, ਸਿੱਖ ਜਥੇਬੰਦੀਆਂ ਸਤਿਕਾਰ ਕਮੇਟੀਆਂ ਨੇ, ਉਹਨਾਂ ਨੇ ਮਸਲਾ ਉਠਾਇਆ। ਫਿਰ ਉਹਨਾਂ ਸਰਦਾਰ ਮਾਨ ਸਾਹਿਬ ਨੂੰ ਸੱਦਿਆ, ਉਹਨਾਂ ਵਿਜਿਟ ਕੀਤਾ, ਫਿਰ ਉਹਨਾਂ ਨੇ ਪੰਥ ਦਾ ਇਕੱਠ ਜਿਹੜਾ ਸੀ ਜਥੇਬੰਦੀਆਂ ਅੰਮ੍ਰਿਤਸਰ ਰੱਖਿਆ, ਮੈਨੂੰ ਸੱਦਿਆ, ਮੈਂ ਵੀ ਗਿਆ। ਅਸੀਂ ਉੱਥੇ ਜਾ ਕੇ ਅਰਦਾਸ ਕੀਤੀ, ਜਿਹੜਾ ਚੀਮਾ ਪੱਤੀ 'ਚ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਸੀਗਾ, ਅਸੀਂ ਉਸ ਮੋਰਚੇ ਨੂੰ ਉਠਾਇਆ ਵੀ ਇਹ ਗੁਰਦੁਆਰਾ ਸਾਹਿਬ ਜਿਹੜਾ ਇੱਥੋਂ ਢਾਇਆ ਗਿਆ ਵਾ ਜੀ, ਅਤੇ ਇਹ ਬਣਾਉਣਾ ਚਾਹੀਦਾ। ਅਤੇ ਜਿਹੜੇ ਡੇਰਾ ਮੁਖੀ ਗੁਰਿੰਦਰ ਸਿੰਘ ਸੀਗੇ ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਕਿ ਦੱਸੋ ਮੈਨੂੰ ਕੀ ਗੱਲਬਾਤ ਆ। ਅਸੀਂ ਉਹਨਾਂ ਨੂੰ ਦੱਸੀ ਵੀ ਆਹ ਗੱਲਬਾਤ ਆ ਜੀ, ਉਹ ਕਹਿੰਦੇ ਤੁਸੀਂ ਆਓ ਜਗ੍ਹਾ ਦਾ ਤੁਸੀਂ ਵੇਖੋ ਅਤੇ ਵੇਖ ਕੇ ਜਿੱਥੇ ਤੁਸੀਂ ਕਹੋ ਅਸੀਂ ਗੁਰਦੁਆਰਾ ਸਾਹਿਬ ਜਗ੍ਹਾ ਛੱਡਣ ਨੂੰ ਤਿਆਰ ਹਾਂ। ਅਸੀਂ ਸਾਨੂੰ ਤਾਂ ਪਿੰਡ ਵਾਲੇ ਵੇਚ ਕੇ ਗਏ ਸੀਗੇ ਜੀ, ਅਸੀਂ ਜਾ ਕੇ ਦੇਖਿਆ ਸੀ ਕਿ ਭਾਵੇਂ ਵੇਚ ਗਏ ਸੀ ਤਾਂ ਅਸੀਂ ਇਮਾਰਤ ਨਹੀਂ ਸੀ ਢਾਉਣੀ, ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਰਕੇ ਉੱਥੇ ਸੇਵਾ ਕਰਦੇ, ਤੁਸੀਂ ਢਾਈ ਕਿਉਂ? ਉਹ ਕਹਿੰਦੇ ਤੁਸੀਂ ਬਣਾ ਲਓ। ਅਸੀਂ ਉੱਥੇ ਜਾ ਕੇ ਨੀਂਹ ਪੱਥਰ ਰੱਖਿਆ ਅਤੇ ਅੱਜ ਉੱਥੇ 2.5-3 ਕਿੱਲਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਸ ਜਗ੍ਹਾ 'ਤੇ ਜਿਹੜਾ ਪਿੰਡ ਵਾਲੇ ਡੇਰੇ ਨੂੰ ਜਗ੍ਹਾ ਵੇਚ ਗਏ ਸੀ। ਪਿੰਡ ਉੱਠ ਗਿਆ ਸੀਗਾ ਵੜੈਚ ਪੱਤੀ, ਪਰ ਜਿਹੜੀ ਜਗ੍ਹਾ ਸੀਗੀ ਅਸੀਂ ਉਹ ਜਗ੍ਹਾ 'ਤੇ ਅੱਜ 2.5-3 ਕਿੱਲਿਆਂ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਨੇ ਬੜਾ ਸੁੰਦਰ ਗੁਰਦੁਆਰਾ ਬਣਿਆ, 2 ਅੰਮ੍ਰਿਤਧਾਰੀ ਗ੍ਰੰਥੀ ਸਿੰਘ ਉੱਥੇ ਸੇਵਾ ਕਰਦੇ ਅਤੇ ਅਸੀਂ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਉਹ ਵੇਖਦੇ ਰਹਿੰਦੇ ਹਾਂ। ਇਹ ਮਸਲਾ ਸੀਗਾ, ਇਹਨਾਂ ਨੇ ਤਾਂ ਕਲੀਨ ਚਿੱਟ ਦੇ ਦਿੱਤੀ। ਅੱਜ ਜਿਹੜੇ ਗੱਲਾਂ ਮਾਰਦੇ ਆ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਦਾ ਤਾਂ ਬਿਆਨ ਆ ਗਿਆ ਸੀ ਜੀ, ਉਹਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਜੀ, ਕਲੀਨ ਚਿੱਟ ਦੇ ਦਿੱਤੀ ਸੀ ਇਹਨਾਂ ਨੇ ਤਾਂ। ਇਹਨਾਂ 'ਤੇ ਬੜਾ ਟਕਰਾਅ ਦਾ ਮਾਹੌਲ ਪੈਦਾ ਕਰ ਦਿੱਤਾ ਸੀ ਸਿੱਖ ਪੰਥ ਦਾ ਅਤੇ ਡੇਰਾ ਬਿਆਸ ਦਾ, ਪਰ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਬੜਾ ਉਹਨੂੰ ਮਨੁੱਖਤਾ ਦੇ ਭਲੇ ਵਿੱਚ ਅਤੇ ਪੰਥ ਦਾ ਝੰਡਾ ਅਸੀਂ ਬੁਲੰਦ ਕੀਤਾ। ਅੱਜ ਉੱਥੇ ਡੇਰੇ ਬਿਆਸ ਦੀ 4 ਦੀਵਾਰੀ ਦੇ ਵਿੱਚ ਅੱਜ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਸੁਭਾਈਮਾਨ, ਜਿਹੜੇ ਸਿੱਖ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰ ਸਕਦੀਆਂ, ਦੇਖ ਸਕਦੀਆਂ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਤੇ ਉਦੋਂ ਤੋਂ ਬਾਅਦ ਤੋਂ ਡੇਰਾ ਬਿਆਸ ਮੁਖੀ ਸਾਡੇ ਨਾਲ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਗਏ, ਅਕਾਲ ਤਖ਼ਤ 'ਤੇ ਮੱਥਾ ਟੇਕਿਆ, ਹਰਿਮੰਦਰ ਸਾਹਿਬ ਮੱਥਾ ਟੇਕਿਆ। ਡੇਰੇ ਬਿਆਸ ਦੇ ਪੈਰੋਕਾਰ ਜਿਹੜੇ ਸਾਊਥ ਤੋਂ ਆਉਂਦੇ ਸੀ, ਅੱਗੇ ਉਹ ਡੇਰਾ ਬਿਆਸ ਤੋਂ ਟਿਕਟ ਉਹਨਾਂ ਦੀ ਇੱਥੇ ਤੱਕ ਹੁੰਦੀ ਸੀ, ਉੱਥੋਂ ਵਾਪਸ ਚਲੇ ਜਾਂਦੇ ਸੀ, ਹੁਣ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਆ। ਪਹਿਲਾਂ ਹਰਿਮੰਦਰ ਸਾਹਿਬ ਦਰਸ਼ਨ ਕਰਦੇ ਆ ਉੱਥੇ ਜਾ ਕੇ, ਜਾਂ ਇੱਥੋਂ ਆ ਕੇ ਚਲੇ ਜਾਂਦੇ, ਜਾਂ ਇੱਥੇ ਉੱਥੇ ਜਾ ਕੇ ਫਿਰ ਇੱਥੇ ਆ ਕੇ। ਤੁਸੀਂ ਇਹ ਵੀ ਕਿਹਾ ਸੀ ਕਿ ਡੇਰਾ ਮੁਖੀ ਨੂੰ ਤੁਸੀਂ ਅੰਮ੍ਰਿਤ ਛਕਾਉਣ ਲਈ ਵੀ ਦੇਖੋ ਸਾਡੇ, ਅਸੀਂ ਮੈਂ ਇੱਕੋ ਗੱਲ ਪਹਿਲਾਂ ਵੀ ਕਿਹਾ, ਹਜ਼ਾਰਾਂ ਡੇਰੇ ਨੇ ਪੰਜਾਬ 'ਚ ਜਿਹੜੇ ਸਾਡੇ ਧਰਮ 'ਚ ਜਿਹੜੇ ਸਾਡੇ ਨਾਲ ਟਕਰਾਅ ਪੈਦਾ ਨਹੀਂ ਕਰਦੇ, ਆਪਦਾ ਪ੍ਰਚਾਰ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ, ਹਰੇਕ ਨੂੰ ਹੱਕ ਆ, ਪਰ ਸਾਡੇ ਧਰਮ 'ਚ ਜਾਂ ਗੁਰੂ ਗ੍ਰੰਥ ਸਾਹਿਬ ਬਾਰੇ, ਸਿੱਖ ਪੰਥ ਬਾਰੇ ਕੋਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੋਈ ਜਿਹੜਾ ਅਟੈਕ ਕਰੇ। ਸੌਦਾ ਸਾਧ ਨੇ ਕੀਤਾ, ਅਸੀਂ ਉਹਨੂੰ ਦੇਖੋ ਤੁਹਾਡੇ ਸਾਹਮਣੇ ਉਹਦੇ ਨਾਲ ਸੰਘਰਸ਼ ਲੜਿਆ। ਇਸੇ ਤਰ੍ਹਾਂ ਜਿਹੜੇ ਸਾਡੇ ਪੰਥ 'ਚੋਂ ਗਏ ਹੋਏ, ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਅਸੀਂ ਵਾਪਸ ਲਿਆਈਏ, ਜਿਹੜੀਆਂ ਸੰਪਰਦਾਵਾਂ ਜਿਹੜੇ ਧੜੇ ਸਾਡੇ ਪੰਥ 'ਚੋਂ ਕੌਮ 'ਚੋਂ ਗਏ ਆ, ਪਿਆਰ ਦੀ ਗਲਵੱਕੜੀ ਨਾਲ ਅਸੀਂ ਉਹਨਾਂ ਨੂੰ ਮੁੜ ਪੰਥ 'ਚ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਲਾਉਣਾ ਚਾਹੁੰਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਸਾਡੀ ਕੋਸ਼ਿਸ਼ ਆ
ਕਿ ਇੱਕ ਦਿਨ ਡੇਰਾ ਬਿਆਸ ਮੁਖੀ ਵੀ ਸਾਡੇ ਪੰਥ ਦੇ ਵਿੱਚੋਂ ਇਹ ਨਿਕਲੀ ਸੰਪਰਦਾ ਨੂੰ ਮੁੜ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜੀਏ ਅਤੇ ਉਹ ਸਾਜ ਕਹੋ ਸੁਣ ਲਿਖੋ ਸਭੈ ਜਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭਾਏ, ਉਹ ਪ੍ਰੇਮ ਨਾਲ ਹੋ ਸਕਦਾ, ਉਹ ਕੰਧਾਂ 'ਚ ਡਾਂਗਾ ਮਾਰ ਕੇ ਉਹ ਝਗੜਾ ਕਰਕੇ ਨਹੀਂ ਹੋ ਸਕਦਾ। ਪ੍ਰੇਮ ਦੇ ਰਸਤੇ ਅੱਜ ਹਜ਼ਾਰਾਂ ਨਹੀਂ ਲੱਖਾਂ ਰਾਧਾ ਸਵਾਮੀ ਬਿਆਸ ਡੇਰੇ ਦੇ ਪੈਰੋਕਾਰ ਗੁਰਦੁਆਰਿਆਂ 'ਚ ਜਾਣ ਲੱਗ ਗਏ ਪਿੰਡਾਂ ਦੇ ਵਿੱਚ ਉਸ ਘਟਨਾ ਤੋਂ ਬਾਅਦ ਜਦੋਂ ਉਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ। ਅਤੇ ਜਦੋਂ ਉਹ ਸਾਡੇ ਧਰਮ ਵਿੱਚ ਕੋਈ ਦਖਲਅੰਦਾਜ਼ੀ ਕਰਨਗੇ ਸਾਡੇ ਪੰਥ ਦੇ ਖਿਲਾਫ਼ ਜਾਂ ਕੋਈ, ਸਭ ਤੋਂ ਪਹਿਲਾਂ ਅਸੀਂ ਲੜਾਂਗੇ ਉਹਨਾਂ ਦੇ ਨਾਲ ਕਿ ਸਾਡੇ ਧਰਮ 'ਤੇ ਅਟੈਕ ਕੀਤਾ ਜਾਂ ਗੁਰਬਾਣੀ ਦੇ ਪਹਿਲਾਂ ਮੋਰਚੇ ਲੱਗੇ ਰਣਜੀਤ ਸਿੰਘ ਢੰਡਰੀਵਾਲੇ ਜੀ, ਪੰਥਵੀਰ ਸਿੰਘ ਜੀ, ਤੁਸੀਂ ਉਹਨਾਂ ਦੇ ਨਾਲ ਕਾਫ਼ੀ ਮੋਢੇ ਨਾਲ ਮੋਢਾ ਜੋੜ ਕੇ ਸਮਰਥਨ ਵੀ ਤੁਸੀਂ ਦਿੱਤਾ, ਪਰ ਕੀ ਕਾਰਨ ਹੈ ਹੁਣ ਉਹ ਤੁਹਾਡੇ ਨਾਲ ਨਹੀਂ ਇਸ ਵਕਤ? ਇਹ ਤਾਂ ਉਹੀ ਦੱਸ ਸਕਦੇ, ਦੇਖੋ ਜਦੋਂ ਉਹਨਾਂ ਨੇ ਆਪਸ ਵਿੱਚ ਕਿਉਂ ਨਹੀਂ ਏਕਤਾ, ਜਦੋਂ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਅਸੀਂ ਤਾਂ, ਮੈਂ ਤਾਂ ਇਟਲੀ ਤੋਂ ਆ ਕੇ ਉਹਨਾਂ ਦਾ ਸਮਰਥਨ ਕੀਤਾ। ਮੈਂ ਇਟਲੀ ਸੀ, ਯੂਰਪ ਸੀ ਉਸ ਵੇਲੇ, 10 ਦਿਨ ਦਾ ਆਪਣਾ ਧਰਮ ਪ੍ਰਚਾਰ ਦਾ ਦੌਰਾ, ਮੇਰੇ ਤੇ ਕਿੰਨੇ ਦੀਵਾਨ ਕੈਂਸਲ ਹੋ ਗਏ। ਇਟਲੀ ਦੀਆਂ ਸੰਗਤਾਂ ਸੁਣ ਰਹੀਆਂ, ਉਹ ਜਾਣਦੀਆਂ ਹੋਣਗੀਆਂ, ਉਹਨਾਂ ਜਿਨ੍ਹਾਂ ਜਿਨ੍ਹਾਂ ਥਾਵਾਂ ਤੋਂ ਕੀਰਤਨ ਦਰਬਾਰ ਮੇਰੇ ਰੱਦ ਹੋਏ ਕਿ ਮੈਂ ਇੱਥੇ ਪਹੁੰਚਣਾ, ਤਾਂ ਮੈਂ ਤਾਂ ਉੱਥੋਂ ਬਕਾਇਦਾ 5 ਸਾਥੀ ਮੇਰੇ ਨਾਲ ਸੀ, 6 ਜਣੇ ਅਸੀਂ ਦਿੱਲੀ ਆ ਉਤਰੇ 13 ਤਰੀਕ ਨੂੰ, ਅਤੇ 13 ਤਰੀਕ ਦੁਪਹਿਰ ਨੂੰ ਮੈਂ ਆ ਕੇ ਇਸ ਮੋਰਚੇ 'ਚ ਸ਼ਾਮਿਲ ਹੋ ਗਿਆ। ਮੈਂ ਤਾਂ ਉਹਨਾਂ ਦਾ ਪੂਰਾ ਸਮਰਥਨ, ਉਹਨਾਂ ਨੇ ਕਿਸੇ ਦੀ ਸਲਾਹ ਨਹੀਂ ਲਈ, ਉਹ ਸਾਰੇ ਭਾਈ ਰਣਜੀਤ ਸਿੰਘ, ਭਾਈ ਪੰਥਪ੍ਰੀਤ ਸਿੰਘ ਅੱਗੇ ਲੱਗੇ, ਪਰ ਅਸੀਂ ਉਹਨਾਂ ਦਾ ਸਮਰਥਨ ਪੂਰਾ ਕੀਤਾ। ਜਦੋਂ ਉਹ ਮੇਰੀ ਸਲਾਹ ਲੈਣ ਵਾਸਤੇ ਆਏ ਉਦੋਂ ਸਮਾਂ ਲੰਘ ਗਿਆ ਸੀਗਾ, ਉਦੋਂ ਤਾਂ ਡਾਂਗ ਸੋਟਾ ਖੜਕਣ ਵਾਲਾ ਸੀ ਅਤੇ ਖੜਕ ਗਿਆ ਬਾਅਦ ਵਿੱਚ, ਪਰ ਅਸੀਂ ਫਿਰ ਵੀ ਉਹਨਾਂ ਦਾ ਸਮਰਥਨ ਕੀਤਾ। 17 ਤਰੀਕ ਨੂੰ ਉਹਨਾਂ ਨੇ ਆ ਕੇ ਇੱਥੇ 17 ਨੂੰ ਬਰਗਾੜੀ ਆ ਕੇ ਉਹਨਾਂ ਨੇ ਜਦੋਂ 3 ਘੰਟਿਆਂ 'ਚ ਧਰਨੇ ਨੂੰ ਬਦਲ ਦਿੱਤਾ ਸੀਗਾ, ਵੀ 3 ਘੰਟੇ ਭਾਵੇਂ ਪੰਥ ਨੇ ਉਸੇ ਤਰ੍ਹਾਂ ਕੰਟੀਨਿਊ ਰੱਖੇ ਧਰਨੇ, ਪਰ ਅਸੀਂ ਉਹਨਾਂ ਦਾ ਵੀ ਵਿਰੋਧ ਨਹੀਂ ਕੀਤਾ, ਅਸੀਂ ਉਹਨਾਂ ਦਾ ਵੀ ਸਮਰਥਨ ਜਿਹੜਾ ਸੀ ਕੀਤਾ। ਹੁਣ ਅਸੀਂ ਸਾਡੀ ਜਿਹੜੀ ਭਾਵਨਾ ਵਾ ਗੁਰੂ ਗ੍ਰੰਥ ਪੰਥ ਦੀ, ਕੋਈ ਗੱਲ ਕਰੇ, ਕੋਈ ਅਕਾਲੀ ਕਰੇ, ਕੋਈ ਕਾਂਗਰਸੀ ਕਰੇ, ਕੋਈ ਕਰੇ, ਸਾਨੂੰ ਕਿਸੇ ਨਾਲ ਕੋਈ ਪਾਰਟੀ ਨਾਲ ਬਦਲਣੀ, ਗੁਰੂ ਗ੍ਰੰਥ ਪੰਥ ਦੀ ਗੱਲ ਵਾਸਤੇ ਹਰੇਕ ਦਾ ਸਮਰਥਨ ਕਰਦੇ ਹਾਂ। ਉਹ ਨਹੀਂ ਕਰ ਰਹੇ, ਸਵਾਲ ਤੁਹਾਡਾ ਉਹਨਾਂ ਨੂੰ ਬਣਦਾ ਵੀ ਉਹ ਕਿਉਂ ਨਹੀਂ ਆਏ। ਸਾਡੇ ਵੱਲੋਂ ਤਾਂ ਹਾਰਦਿਕ ਸੱਦਾ ਵਾ, ਨੀਅਤ ਸਾਫ਼ ਨਾਲ ਸਭ ਇੱਥੇ ਆਉਣ, ਗੁਰੂ ਗ੍ਰੰਥ ਪੰਥ ਦੀ ਗੱਲ ਹੈ, ਇਹ ਕਿਸੇ ਧੜੇ ਦਾ ਨਹੀਂ, ਇਹ ਕਿਸੇ ਪਾਰਟੀ ਦਾ ਨਹੀਂ ਹੈ, ਇਹ ਕਿਸੇ ਵਿਅਕਤੀ ਦਾ ਮੋਰਚਾ ਨਹੀਂ ਹੈ, ਇਹ ਪੂਰੀ ਕੌਮ ਦਾ, ਇਨਸਾਫ਼ ਪਸੰਦ ਲੋਕਾਂ ਦਾ ਇਹ ਮੋਰਚਾ। ਇੱਥੇ ਮੁਸਲਮਾਨ ਵੀ ਆ ਗਏ, ਪਰ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਬੜੀ ਕਨਫਿਊਜ਼ਨ ਵਿੱਚ ਫਸੀ ਹੋਈ, ਕੀ ਕਾਰਨ ਹੈ ਇਹ ਸਾਡੇ ਜਿਹੜੇ 4-5 ਧਾਰਮਿਕ ਆਗੂ ਆ ਇਹ 4-5 ਇੱਕ ਸਟੇਜ 'ਤੇ ਇਕੱਠੇ ਕਿਉਂ ਨਹੀਂ ਹੋ ਰਹੇ? ਇਹ ਸਿੱਖ ਸੰਗਤਾਂ ਨੂੰ ਉਹਨਾਂ ਨੂੰ ਪੁਛਵਾਲ ਕਰਨਾ ਚਾਹੀਦਾ, ਅਸੀਂ ਤਾਂ ਉਹਨਾਂ ਦਾ ਸਮਰਥਨ ਕੀਤਾ ਜਦੋਂ ਉਹਨਾਂ ਮੋਰਚਾ ਸ਼ੁਰੂ ਕੀਤਾ, ਉਹ ਕਿਉਂ ਨਹੀਂ ਆ ਰਹੇ? ਇਹ ਸੰਗਤਾਂ ਉਹਨਾਂ ਨੂੰ ਸਵਾਲ ਕਰਨ, ਜਾਂ ਤੁਸੀਂ ਉਹਨਾਂ ਨੂੰ ਮੀਡੀਆ ਦੇ ਰਾਹੀਂ ਸਵਾਲ ਪੁੱਛ ਸਕਦੇ ਹੋ, ਕਿਉਂ ਨਹੀਂ ਆ ਰਹੇ? ਸਾਡਾ ਉਹਨਾਂ ਨਾਲ ਇਸ ਤਰ੍ਹਾਂ ਦਾ ਕੋਈ, ਚਲੋ ਨਿੱਜੀ ਕਿਲੇ ਸ਼ਿਕਵੇ ਝਗੜੇ, ਕੋਈ ਵਿਚਾਰਧਾਰਕ ਮਰਿਆਦਾ ਅਤੇ ਪਰੰਪਰਾਵਾਂ ਅਤੇ ਹੋਰ ਹੋ ਸਕਦੇ ਆ, ਪਰ ਇੱਥੇ ਤਾਂ ਕੋਈ ਹੁਣ ਇਹ ਗਿਲੇ ਸ਼ਿਕਵਿਆਂ ਦਾ ਸਮਾਂ ਨਹੀਂ ਆ, ਕੋਈ ਵਖਰੇਵਿਆਂ ਦਾ ਸਮਾਂ, ਇੱਥੇ ਤਾਂ ਇਕੱਠੇ ਹੋਣ ਦਾ, 12 ਮਿਸਲਾਂ ਵੀ ਇਕੱਠੀਆਂ ਹੁੰਦੀਆਂ ਰਹੀਆਂ, ਅਤੇ ਹੁਣ ਤਾਂ ਉਹਨਾਂ ਨੂੰ ਭੁਲਾ ਕੇ ਸਾਰੀਆਂ ਗੱਲਾਂ, ਇੱਥੇ ਆ ਕੇ ਮੋਰਚੇ ਸਮਰਥਨ ਕਰਨਾ ਚਾਹੀਦਾ, ਆ ਕੇ ਬਹਿ ਜਾਣਾ ਚਾਹੀਦਾ ਵੀ ਭਾਈ ਅਸੀਂ ਵੀ ਮੋਰਚੇ ਦੇ ਨਾਲ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਹੋਣਾ ਚਾਹੀਦਾ, ਜਿਹਦੇ ਲਈ ਉਹਨਾਂ ਨੇ ਅਰਦਾਸ ਕੀਤੀ ਸੀ ਉਸ ਸਮੇਂ 12 ਅਕਤੂਬਰ ਨੂੰ, ਅਰਦਾਸ ਕਰਕੇ ਉਹ ਮੋਰਚੇ 'ਤੇ ਜਾ ਕੇ ਬੈਠੇ ਸੀਗੇ, ਉਸੇ ਅਰਦਾਸ ਨੂੰ ਕੰਟੀਨਿਊ ਕਰਨ ਵਾਸਤੇ ਉਹਨਾਂ ਨੂੰ ਆਉਣਾ ਚਾਹੀਦਾ, ਅਸੀਂ ਤਾਂ ਉਹ ਅਰਦਾਸ ਦੀ ਲੱਜਾ ਰੱਖਣ ਵਾਸਤੇ ਅਸੀਂ ਤਾਂ ਬੈਠੇ ਹਾਂ ਗੁਰੂ ਦੀ ਕਿਰਪਾ ਦੇ ਸਦਕਾ। ਜਿਵੇਂ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਹਮਣ ਕੁੰਡ ਬਣਾ ਕੇ ਕਹਿੰਦੇ ਸੀ ਮੱਚ ਜਾਣਾ ਅਤੇ ਭੱਜ ਗਏ ਸੀ ਅਰਦਾਸ ਕਰਕੇ, ਪਰ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਨੇ ਉਹ ਅਰਦਾਸ ਨਿਭਾਈ ਸੀ ਅਤੇ ਉਹ ਸਿੰਘ ਚੜ੍ਹਾਈ ਕਰ ਗਿਆ ਸੀਗਾ, ਉਹਨੇ ਅਰਦਾਸ ਜਿਹੜੀ ਉਹ ਨਿਭਾ ਕੇ ਦਿਖਾਈ ਸੀ। ਇਸੇ ਤਰ੍ਹਾਂ ਹੀ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਨ ਸਾਡੇ 'ਤੇ, ਅਸੀਂ ਇਸ ਜੋ ਸੇਵਾ ਅਸੀਂ ਮੋਰਚਾ ਆਰੰਭਿਆ 'ਚ ਸਫਲਤਾ ਹੋਵੇ, ਅਸੀਂ ਪੂਰੇ ਉਤਰੀਏ, ਗੁਰੂ ਸਾਹਿਬ ਸਿਰ 'ਤੇ ਹੱਥ ਰੱਖਣ। ਉਹਨਾਂ ਨੇ ਅਰਦਾਸ ਕਰਕੇ ਪਿੱਛੇ ਹਟ ਜਾਣਾ ਕੀਤਾ, ਪਰ ਅਸੀਂ ਅੱਜ ਵੀ ਖੜ੍ਹੇ ਹਾਂ ਅਤੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆਓ, ਸਮਾਂ ਮੈਂ ਟੁੱਟੀ ਗੰਢਣ ਦਾ ਸਮਾਂ, ਜਿਵੇਂ ਗੁਰੂ ਗੋਬਿੰਦ ਸਿੰਘ ਨਾਲ ਖਦਰਾਣੇ ਦੀ ਢਾਬ 'ਤੇ ਆ ਕੇ ਟੁੱਟੀ ਗੰਢ ਲਈ ਸੀ, ਤੇਰਾ ਖਾਲਸਾ ਹੋਵੇ ਅਤੇ ਖਾਸ ਹੋਵੇ ਹੱਥਖੰਡਾ ਦੇ ਪੈਰ ਰਕਾਵੇ ਉੱਤੇ, ਭਾਵੇਂ ਲਿਖ ਵਿਦਾਵਾ ਜਾਏ ਤੈਨੂੰ ਪਰ ਆਣ ਮਿਲੂ ਖਦਰਾਣੇ ਦੀ ਢਾਬ ਉੱਤੇ, ਵੀ ਦੇਰ ਆਏ ਦਰੁਸਤ ਆਏ, ਕੋਈ ਨਹੀਂ ਜੇ 4 ਮਹੀਨੇ ਨਹੀਂ ਆ ਸਕੇ ਹੁਣ ਆ ਜਾਣ, ਸਾਡੇ ਵੱਲੋਂ ਸਵਾਗਤ ਆ, ਅਸੀਂ ਸਾਰਿਆਂ ਨੂੰ ਹਾਰਦਿਕ ਸੱਦਾ ਦਿੱਤਾ, ਤਾਂ ਹੀ ਇੱਥੇ ਸਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਠੀ, ਢਾਡੀ, ਰਾਗੀ ਇੱਥੇ ਆ ਗਏ ਆ, ਕਿੰਨੇ ਸੰਤ ਮਹਾਂਪੁਰ ਸੰਪਰਦਾਵਾਂ ਟਸਾਲ, ਜਿੰਨੇ ਸਰਬੱਤ ਖਾਲਸਾ 'ਚ ਇਕੱਠੇ ਹੋਏ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਜਥੇਬੰਦੀਆਂ ਸੰਤ ਮਹਾਤਮਾ ਸੰਪਰਦਾਵਾਂ ਇੱਥੇ, ਉਦਾਸੀ ਨਿਰਮਲੇ ਨਿਹੰਗ ਸਿੰਘ ਇੱਥੇ ਆਏ ਆ, ਅਤੇ ਇਸ ਕਾਰਨ ਕਰਕੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਵਾ, ਸਾਡੇ ਵੱਲੋਂ ਹਾਰਦਿਕ ਸੱਦਾ ਵਾ, ਮਰਜ਼ੀ ਉਹਨਾਂ ਦੀ ਆਉਣਾ ਕਿ ਨਹੀਂ ਆਉਣਾ, ਅਤੇ ਸੰਗਤਾਂ ਨੂੰ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ, ਤੁਹਾਨੂੰ ਵੀ ਮੀਡੀਆ ਨੂੰ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਵੀ ਉਹ ਕਿਉਂ ਨਹੀਂ ਆ ਰਹੇ, ਇਹ ਸਵਾਲ ਸਾਨੂੰ ਨਹੀਂ ਬਣਦਾ, ਸਾਡੇ ਵੱਲੋਂ ਹਾਰਦਿਕ ਸੱਦਾ ਵਾ, ਅਸੀਂ ਉਹਨਾਂ ਨੂੰ 1 ਜੂਨ ਨੂੰ ਵੀ
ਜਦੋਂ ਇਹ ਰੱਖਿਆ ਸੀਗਾ ਉਸ ਵੇਲੇ ਵੀ ਭਾਈ ਧਿਆਨ ਸਿੰਘ ਮੰਡ ਨੇ ਮੈਨੂੰ ਦੱਸਿਆ ਵੀ ਉਹਨਾਂ ਨੂੰ ਫੋਨ ਕੀਤੇ ਸੀ, ਭਾਈ ਪੰਥਪ੍ਰੀਤ ਸਿੰਘ ਦੇ ਮੁੰਡੇ ਨੇ ਗੱਲ ਨਹੀਂ ਕਰਾਈ, ਉਹਨਾਂ ਦੇ ਬੇਟੇ ਨੇ ਫੋਨ ਚੱਕਿਆ ਆਪ ਗੱਲ ਕੀਤੀ, ਅਤੇ ਭਾਈ ਰਣਜੀਤ ਸਿੰਘ ਦੇ ਵੀ ਭਾਈ ਸਤਨਾਮ ਸਿੰਘ ਨੇ ਗੱਲ ਕੀਤੀ ਸੀਗੀ ਜੀ, ਅਤੇ ਉਹਨਾਂ ਨੇ ਵੀ ਕਿਹਾ ਵੀ ਉਹਨਾਂ ਨੇ ਸੁਨੇਹਾ ਤੁਹਾਡਾ ਪਹੁੰਚਾ ਦਿੱਤਾ ਪਰ ਉਹ ਨਹੀਂ ਆਏ। ਇਹਨਾਂ ਨੇ ਤਾਂ ਫਿਰ ਵੀ ਭਾਈ ਧਿਆਨ ਸਿੰਘ ਮੰਡ ਨੇ ਤਾਂ 1 ਜੂਨ ਨੂੰ ਵੀ ਸੱਦਾ ਦਿੱਤਾ ਸੀਗਾ ਜੀ, ਅਸੀਂ ਤਾਂ ਹਮੇਸ਼ਾ ਹੀ ਹਰੇਕ ਦਾ ਹੀ ਸਾਥ ਦਿੱਤਾ, ਜਦੋਂ ਵੀ ਕੋਈ ਧਰਮ ਦੀ ਗੱਲ ਕੌਮ ਦੀ ਗੱਲ ਕਰਦਾ ਅਸੀਂ ਨਹੀਂ ਕਦੇ ਦੇਖਿਆ ਕਿਹੜੀ ਸੰਪਰਦਾ ਕਿਹੜੀ ਜਥੇਬੰਦੀ ਆ ਕਿਹੜੀ ਧੜੇਬੰਦੀ ਆ। ਬਲਜੀਤ ਸਿੰਘ ਦਾਦੂਵਾਲ ਨੇ ਤਾਂ ਹਮੇਸ਼ਾ ਜਿੱਥੇ ਵੀ ਕਿਤੇ ਧਰਮ ਦੀ ਗੱਲ ਆ ਕੋਈ ਕਰੇ ਕੌਮ ਦੀ ਗੱਲ ਕਰੇ ਅਸੀਂ ਉੱਥੇ ਜਾ ਕੇ ਉਹਨਾਂ ਦਾ ਸਮਰਥਨ ਕੀਤਾ, ਹਰ ਵੇਲੇ ਖੜ੍ਹੇ ਹਾਂ ਅਤੇ ਅੱਜ ਵੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਨੂੰ ਬਲ ਬਖਸ਼ਣ, ਪੰਥ ਕੌਮ ਇਸੇ ਤਰ੍ਹਾਂ ਆਸ਼ੀਰਵਾਦ ਬਣਾ ਕੇ ਰੱਖੇ, ਗੁਰੂ ਸਾਹਿਬ ਦੀ ਛਤਰ ਛਾਇਆ ਬਣੀ ਰਹੇ ਅਤੇ ਅਸੀਂ ਇਸੇ ਤਰ੍ਹਾਂ ਕੌਮ ਲਈ ਪੰਥ ਵਾਸਤੇ ਇਨਸਾਫ ਦੀ ਲੜਾਈ ਲੜਦੇ ਰਹੀਏ। ਇਹ ਸਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ, ਜਿਨ੍ਹਾਂ ਨੇ ਕਾਫੀ ਗੱਲਾਂ ਕਲੀਅਰ ਕਰ ਦਿੱਤੀਆਂ ਕਿ ਜਿਹੜਾ ਬਰਗਾੜੀ ਮੋਰਚਾ ਲੱਗਾ ਇਸ ਨੂੰ ਹਰ ਸੰਭਵ ਯਤਨ ਕਰ ਰਹੇ ਇਸ ਨੂੰ ਕਾਮਯਾਬ ਕਰਨਗੇ ਅਤੇ ਸਰਕਾਰਾਂ ਨੂੰ ਜਿਹੜੀਆਂ ਸੁੱਤੀਆਂ ਸਰਕਾਰਾਂ ਉਹਨਾਂ ਨੂੰ ਉਠਾਉਣਗੇ। 7 ਅਕਤੂਬਰ ਨੂੰ ਹੋਰ ਵੀ ਕਈ ਸਿਆਸੀ ਪਾਰਟੀਆਂ ਇੱਥੇ ਜਿਹੜਾ ਇਨਸਾਫ ਮੋਰਚਾ ਲਾ ਰਹੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਇਸ ਬਰਗਾੜੀ ਮੋਰਚੇ ਵਿੱਚ ਅਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਇਹਨਾਂ ਦੀ ਮਦਦ ਕਰਨ। ਬਹੁਤ ਬਹੁਤ ਤੁਹਾਡਾ ਧੰਨਵਾਦ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।